ਚੱਲ ਅੱਬਾ ਮਾਫ ਕਰ ਦੇ ਦੱਸੋ ਯਾਰ ਕੱਲ ਤੋਂ ਮੈਂ 3 ਦਿਨ ਤੇ 3 ਰਾਤਾਂ ਸਾਈਕਲ ਚਲਾਵਾਂਗਾ ਓ ਸਦਕੇ ਜਾਵਾਂ ਸਾਈਕਲ ਨੂੰ ਤੰਗ ਕਰੀ ਹੋਰ 3 ਦਿਨ ਹੈ ਕਿੱਥੋਂ ਜਮਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਚੱਲ ਕਰ ਫੜ ਓ ਕੁੱਕੜ ਬਾਣ ਹੈ ਕੁੱਕੜ ਬਾਣ ਮੈਂ ਨਹੀਂ ਮੈਂ ਕਿਹੜਾ ਦੇਸੀ ਕੇ ਵਲਾਤੀ ਆਪਣਾ ਕਿੱਥੇ ਕੱਟ ਵੇ ਸ਼ੁਤਰ ਮੁਰਾ ਬਾਣ ਸ਼ੁਤਰ ਮੁਰਾ ਚੱਲ ਐਲਾ ਇੱਥੇ ਆਂਡਾ ਦੇਣੀ ਕਰ ਚੱਲ ਬਾਂਗ ਦੇ ਬਾਂਗ ਮੈਂ ਨਹੀਂ ਦੇ ਸਕਦਾ ਓ ਜਾ ਮੈਂ ਹਿੰਦੂ ਕੁੱਕੜ ਮੈਂ ਚੱਲਿਆ ਕਰ ਦੋ ਕਰ ਦੋ ਸਪੀਕਰ ਸਿੱਧੇ ਕਰ ਅੱਬਾ ਓਏ ਚਾਚਾ ਬੜਾ ਜ਼ਬਰਦਸਤ ਪੋਜ਼ ਆਇਆ ਇੱਕ ਆਪਣਾ ਵੀ ਉਧਰ ਮੂੰਹ ਕਰਕੇ ਲਵਾ ਲਿਆ ਚਾਚਾ ਛੋਟੀ ਗਰਾਵਾਂ ਨੇ ਬੋਰਡ ਚ ਰੱਖੀ ਮੇਰਾ ਪਿਓ ਵੱਡਾ ਚੱਲ ਕੰਮ ਕਰ ਲੱਗਦਾ ਤੇ ਤੂੰ ਵੇਖਿਆ ਹੀ ਅੱਬਾ ਸੱਚੀ ਗੱਲ ਕਹਦਾ ਗੁੱਸਾ ਧੀਆਂ ਭੈਣਾਂ ਨੇ ਮੱਲੇ ਦੀਆਂ ਇੱਜ਼ਤਾਂ ਨੇ ਸ਼ਰਮ ਨਹੀਂ ਆਉਂਦੀ ਬਗੈਰ
ਬੱਚੀਆਂ ਨੂੰ ਛੇੜ ਕੇ ਚਾਚਾ ਜੀ ਤਨ ਦਿਨਾਂਦੇ ਫਿਰਦੇ ਨੇ। ਦੱਸੋ ਉਹ ਹਯਾ ਕਰੋ, ਇੱਕ ਮੱਲ ਚ ਰਹਿਣਾ ਹੈ, ਸਭ ਨੂੰ ਆਪਣੀ ਮਾਂ ਭੈਣ ਸਮਝੋ ਬਗੈਰ। ਅੱਖਾਂ ਚੈੱਕ ਕਰਾ, ਤੇਰੀਆਂ ਅੱਖਾਂ ਲੀਕ ਕਰਦੀਆਂ ਨੇ। ਗੱਲਾਂ ਸੋਚਿਆ ਅਸੀਂ ਕਰੀਏ, ਜਾ ਕੇ ਸਾਰੀ ਸਲਾਹ ਫਿਲਮ ਸੁਣ ਕੇ ਆਈਏ। ਚਾਚਾ ਜੀ ਅਸੀਂ ਸਿਆਣੇ ਅਲਹਮਦੁਲਿਲਾ। ਪੂਰੀ ਕਟੜੀ ਮੇਰੇ ਤੋਂ ਜ਼ਿਆਦਾ ਸਿਆਣਾ ਬੰਦਾ ਕੋਈ ਨਹੀਂ। ਤੂੰ ਸਿਆਣਾ ਬਾਈ, ਚਾਚਾ ਜੀ ਤਿੰਨ ਕੀੜੀਆਂ ਨੇ। ਪਹਿਲੀ ਕੀੜੀ ਕਹਿੰਦੀ ਮੇਰੇ ਪਿੱਛੇ ਦੋ ਕੀੜੀਆਂ ਨੇ, ਪਿਛਲੀ ਕਹਿੰਦੀ ਮੇਰੇ ਅੱਗੇ ਦੋ ਕੀੜੀਆਂ ਨੇ, ਵਿਚਕਾਰ ਦੀ ਕਹਿੰਦੀ ਮੇਰੇ ਅੱਗੇ ਵੀ ਦੋ ਕੀੜੀਆਂ ਨੇ, ਮੇਰੇ ਪਿੱਛੇ ਵੀ ਦੋ ਕੀੜੀਆਂ ਨੇ। ਦੱਸੋ ਅੱਗੇ ਵੀ ਕੀੜੀਆਂ ਯਾਰ, ਇਹ ਕੀ ਸਵਾਲ ਹੈ? ਤੇ ਲਿਆ 1000 ਰੁਪਿਆ, ਸਿਆਣਾ ਬਣੀ ਫਿਰਦਾ, ਧੁੱਪੇ ਵਾਲ ਚਿੱਟੇ ਕੀਤੇ ਨੇ, ਗੱਲਾਂ ਕਿਹੜੀਆਂ ਕਰਦਾ। ਹੈਲੋ, ਹਾਂਜੀ, ਇਹਦਾ ਜਵਾਬ ਦੇ, ਵਿਚਕਾਰ ਲਈ ਝੂਠ ਬੋਲਣ ਡਈ। ਜਾਨਵਰ ਹੈ 20 ਲੱਤਾਂ 20 ਬਾਹਾਂ 20 ਅੱਖਾਂ 20 ਕੰਨ ਤੇ 20 ਪੁੱਛਣਾ ਨੇ ਇਹ ਕਿਹੜਾ ਜਾਨਵਰ ਹੈ ਜਿਹਦੀਆਂ 20 ਲੱਤਾਂ 20 ਬਾਹਾਂ 20 ਅੱਖਾਂ 20 ਕੰਨ ਤੇ 20 ਪੁੱਛਣਾ ਨੇ ਇਹ ਕਿਹੜਾ ਜਾਨਵਰ ਹੈ 20 ਲੱਤਾਂ 20 ਅੱਖਾਂ 20 ਕੰਨ 20 ਪੁੱਛਣਾ ਹੈ ਇਹ ਸਾਡੀ ਸਮਝਦਾਰੀ ਹੈ
मेहरबानी जवाब दे। हेलो यार मैं नहीं पता मॉडलिंग
ਉਸ ਤੋਂ ਬਾਅਦ ਬਣ ਜਾਣੀ ਮਾਡਲ ਫਿਲਮ ਸਟਾਰ ਬਣ ਜਾਣੀ ਸਾਨੂੰ ਕੀ ਫਾਇਦਾ ਹੋਇਆ ਸਾਨੂੰ ਪੈਸੇ ਮਿਲਣਗੇ ਸਾਨੂੰ ਕਿਸ ਤਰ੍ਹਾਂ ਪੈਸੇ ਮਿਲਣਗੇ ਇਸ ਤਰ੍ਹਾਂ ਜਿਸ ਤਰ੍ਹਾਂ ਸਾਰਿਆਂ ਨੂੰ ਮਿਲਦੇ ਰਹੀਏ ਕਰਕੇ ਨਾਲ ਸ਼ੋਹਰਤ ਮਿਲੇਗੀ ਤੂੰ ਵੀ ਮਸ਼ਹੂਰ ਹੋਏਗਾ ਇੱਧਰ ਹੋ ਜਾਏਗਾ ਤੇ ਇਹਦੇ ਨਾਲ ਫੋਟੋ ਖਿੱਚੇਗਾ ਤੁਸੀਂ ਨਾ ਖਿੱਚਾ ਕੇ ਫਾਂਦੀਆਂ ਬੁਲੰਦੀਆਂ ਤੇ ਜਾ ਕੇ ਓਏ ਇਹ ਤੇ ਲਾਟਰੀ ਚੋਂ ਨਿਕਲੇ ਨਾ 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 ਜਾ ਪਾਗਲ ਆ ਤੂੰ ਉਹਦੇ ਸਾਹਮਣੇ ਨਾ ਇਹ ਤੇ ਗੱਲ ਕਰੀ ਉਹਦੇ ਸਾਹਮਣੇ ਮੇਰੇ ਬਾਰੇ ਛੱਡਣੀਆਂ ਨੇ ਕੀ ਉਹਨਾਂ ਨੂੰ ਕਹਿਣਾ ਕਿ ਇਹ ਮੁੰਡਾ ਜਿਹਦੇ ਤੁਸੀਂ ਨਾਲ ਕਿਤੇ ਦਾ ਕੁੜੀ ਤੇ ਉਹ ਗਈ ਅੱਛਾ ਜੀ ਮਾਨੀ ਨਹੀਂ ਰੇਸ਼ਮ ਸਾਰੀਆਂ ਮੇਰੇ ਤੇ ਪਾਗਲੀਆਂ ਨੇ ਸਹੀ ਹੈ ਠੀਕ ਆ ਤਾਂ ਜਾਮ ਲੈ ਕੇ ਹੁਣ ਕਹਿਣਾ ਕੀ ਉਹ ਜਾ ਕੇ ਬਾਜੀ ਅੰਦਰ ਆ ਜਾ ਬਾਜੀ ਮੇਰੇ ਮੂੰਹ ਤੇ ਨਹੀਂ ਚੜਦਾ ਜਾ ਕੇ ਨਾ ਉੱਥੇ ਜਾ ਕੇ ਮੂੰਹ ਥੱਲੇ ਰੱਖ ਕੇ ਖੋਲ ਦੇ ਹੌਲੀ ਹੌਲੀ ਆਪੇ ਚੜ ਜਾਏਗਾ ਤੇ ਅੰਗਰੇਜ਼ੀ ਦਾ ਅੰਗਰੇਜ਼ੀ ਚੋਂ ਹੁਣ ਜਾ ਕੇ ਡਾਰਲਿੰਗ ਕਮ ਆਨ ਡਾਰਲਿੰਗ ਯੂ ਗੋ ਆਹੋ ਕੋਈ ਤਾਂ ਨਹੀਂ ਕਿ ਆਈ ਐਮ ਗੋਇੰਗ ਦੇਣਾ ਤੂੰ ਕਹਿੰਦਾ ਯੂ ਗੋ ਕੀ ਕਹਿਣਾ ਹੁਣ ਕਹ ਕਮ ਆਨ ਡਾਰਲਿੰਗ ਕਮ ਜਾਣਦੇ ਬੁਲੰਦੀਆਂ ਕਿੱਥੇ ਅਜਾ ਤਸਮੀਆ ਰੀਮਾ ਕੀ ਫੋਟੋ ਬਣਾਈ ਪੈਪਸੀ ਕੀ ਫੋਟੋ ਬਣਾਈ ਦੋਨੋਂ ਮਿਲੀ ਮਸ਼ਹੂਰ ਹੋ ਗਈ ਸੁਪਰ ਸਟਾਰ ਛੱਡ ਨਾ ਯਾਰ ਤੇ ਛੱਡ ਤੇ ਲੈ ਕੋਈ ਇੱਕ ਸਟਾਰ ਬਣਾਈ ਮੇਰੇ ਭਾਈ ਮੇਰੇ ਦੋਸਤ ਨੇ ਉਹ ਮਦੀਆ ਸ਼ਾ ਪਹਿਲੇ ਸੀ ਵਧੀਆ ਸ਼ਾ ਉਹਦੀ ਫੋਟੋ ਬਣਾਈ ਹੋ ਗਈ ਮਦੀਆ ਸ਼ਾ ਅੱਜ ਕੱਲ ਨਹੀਂ ਬਣਾ ਰਹੇ ਤੇ ਬਣ ਗਈ ਅਦੀਆ ਸ਼ਾ ਵਜਾ ਤਸਮੀਆ ਮੇਰਾ ਯਾਰ ਛੱਡ ਨਾ ਯਾਰ ਹੌਲੀ ਹੌਲੀ ਲੱਗਾ ਅੱਛਾ ਅੱਛਾ ਨਿਰਮਾ ਕਿੱਥੇ ਕਿੱਥੇ ਨਹੀਂ ਲੱਭ ਰਹੀ ਵਜਾ ਤਸਮੀਆ ਮੇਰੇ ਤੋਂ ਇਹ ਤੇ ਨਹੀਂ ਮਿਲ ਰਹੀ ਮੇਰੇ ਯਾਰ ਨੇ ਫੋਟੋ ਬਣਾਈ ਸੁਪਰ ਡੂਪਰ ਹੈ ਅੱਛਾ ਮੇਰਾ ਯਾਰ ਭੇਜਦਾ ਜੀ ਇੰਡੀਆ ਚ ਮੀਰਾਂ ਨੂੰ ਕਿਨੇ ਭੇਜਿਆ ਓਏ ਓਏ ਉਹ ਗੱਲਾਂ ਕਰ ਲੈ ਪੁੱਤਰ ਜਿਹੜੀਆਂ ਮੰਨੀਆਂ ਨੇ ਮੇਰਾ ਦੋਸਤ ਭੇਜਦਾ ਹੈ ਸਟਾਰਮ ਕੋ ਕਹਾਂ ਭੇਜਦਾ ਹੈ ਇੰਡੀਆ ਮੀਰਾ ਕਿਸ ਤਰ੍ਹਾਂ ਗਈ ਕਿਸ ਤਰ੍ਹਾਂ ਬਸ ਤੇ ਬੈਗ ਨਹੀਂ ਨਹੀਂ ਸ਼ਬਾਸ ਬੋਲਦਾ ਟੈਲੀਫੋਨ ਨਹੀਂ ਸ਼ਬਾਸ ਬੋਲੇ ਸੁਭਾਸ਼ ਗਈ ਸ਼ਬਾਸ ਬੋਲੇ ਸੁਭਾਸ਼ ਗਈ ਸੁਭਾਸ਼ ਗਾਈ ਦਾ ਫੋਨ ਆਇਆ ਹਾਂਜੀ ਮੇਰੇ ਯਾਰ ਨੇ ਫੋਟੋ ਬਣਾਈ ਹਾਂਜੀ ਇੰਡੀਆ ਇੰਡੀਆ ਸਾਇਮਾ ਤਾਂ ਸੈਯਦ ਨੂਰ ਦਾ ਤਲ ਕਿਨੇ ਬਣਾਇਆ ਕਿਨੇ ਬਣਾਇਆ ਮੇਰੇ ਯਾਰ ਨੇ ਨਹੀਂ ਬਗੈਰ ਤੀ
ਓਏ ਸਟਾਰ ਪਲੱਸ ਵੇਖ ਐਮਐਮ ਦੇਖ ਐਮਐਮ ਐਮਐਮ ਹਾਂ ਉਹ ਵੇਖ ਰਾਤ ਨੂੰ 1 ਵਜੇ ਤੋਂ ਬਾਅਦ ਲਾਗ ਰਿਹਾ ਤੈਨੂੰ ਪਤਾ ਲੱਗੇ ਕਿਹੜੀ ਮਾਡਲਿੰਗ ਚੱਲਣ ਡਈ ਹੈ ਜਿਹੜੇ ਬੁੱਢੇ ਬੁੱਢੇ ਬਾਬੇ ਰਾਤ ਨੂੰ 1 ਵਜੇ ਤੋਂ ਬਾਅਦ ਵੇਖਦੇ ਨੇ ਜਿਹੜੇ ਅਜ਼ਾਨਾਂ ਵੇਲੇ ਜਿਨ੍ਹਾਂ ਦੀ ਜਾਨਾਂ ਨਿਕਲਦੀਆਂ ਨੇ ਹਾਂਜੀ ਐਂ ਵੀ ਨਹੀਂ ਨਿਕਲਦੀਆਂ ਕੁਛ ਵੇਖਦੇ ਨੇ ਨਿਕਲਦੀਆਂ ਬੇਬਸ ਕਲੀਆਂ ਵੇਖਦੇ ਨੇ ਬੁੱਢੇ ਬੁੱਢੇ ਬਾਬੇ ਉਹ ਚੈਨਲ ਵੇਖ ਉੱਥੇ ਕਮਰਸ਼ੀਅਲ ਵੇਖ ਤੈਨੂੰ ਮਜ਼ਾ ਆਵੇ ਟੀਵੀ ਜਦੋਂ ਲਾਓ ਇੱਕ ਔਰਤ ਖਲੋ ਦਿਖਾਈ ਆਈਏ ਨਾਜ਼ਰੀਨ ਹਮ ਆਪਕੋ ਸਾਦਗਾ ਵਾਲੀਆਂ ਚਲਤੇ ਹੈ ਵਹਾਂ ਪਰ ਮੁਹੰਮਦ ਸੁਲਤਾਨ ਕਾ ਬੰਪਰ ਪ੍ਰਾਈਜ਼ ਲਗਾ ਹੈ ਅੱਗੋਂ ਮੁਹੰਮਦ ਸੁਲਤਾਨ ਦੇ ਗਲੇ ਵਿੱਚ ਫੁੱਲਾਂ ਦੇ ਹਾਰ ਪਾਏ ਢੋਲ ਵਜਣ ਡਿਆ ਮੈਂ ਮਮਾ ਸੁਲਤਾਨ ਮੈਨੇ ਟਪਾਲ ਕਾ ਇੱਕ ਪੈਕਟ ਖਰੀਦਾ ਮੇਰਾ 10 ਲੱਖ ਕਾ ਬੰਪਰ ਪ੍ਰਾਈਜ਼ ਲਗਾ ਟਪਾਲ ਤੇਰਾ ਸ਼ੁਕਰੀਆ ਉੱਧਰ ਵੇਖੋ ਤੁਸੀਂ ਇਹਨੀ ਕਰਕੇ ਸਟਾਰ ਪਲੱਸ ਲਾਓ ਇੱਕ ਦਰਵਾਜ਼ਾ ਜਿਹਾ ਬਣਿਆ ਉੱਤੇ ਬੀਅਰ ਦਾ ਨਾਂ ਲਿਖਿਆ ਹੋਇਆ ਇਹਨੀ ਕਹਿਣ ਲਿਖਿਆ ਜਿਹੜਾ ਲੰਘਦਾ ਧੁਨੀਆਂ ਨੰਗੀਆਂ ਵਿੱਚ ਮੇਕਅਪ ਕੀਤੇ ਬੰਦਾ ਪੁੱਛੇ ਤੇਰਾ ਕਿਹੜਾ ਮੂੰਹ ਬਣਿਆ ਖਾਨਾ ਖਰਾਬੀ ਇੱਥੇ ਅਚਾਨਕ ਤੁਰੀ ਜਾ ਇੱਕ ਟਰਨ ਕਰ ਛੰਡ ਕੇ ਤੇਰੇ ਸਿਰ ਦੀ ਜੂਆਂ ਤਾਂ ਨਹੀਂ ਭਾਜੀ ਫਜ਼ੂਲ ਗੱਲਾਂ ਨਾ ਕਰੋ ਤੂੰ ਭਾਜੀ ਕਹੀ ਜਾ ਆਪਣੀ ਮੇਰੀ ਫਜ਼ੂਲ ਗੱਲਾਂ ਚੱਲ ਵਾਕ ਵਾਕ ਕਰ ਲੈ ਐਂਜੀ ਟੁੱਟਨੇ ਹਾਂ ਐਂਜੀ ਟੁੱਟ ਨਹੀਂ ਜ਼ਰਾ ਸਟਾਈਲ ਲੈ ਤੋ ਨਾ ਕਿ ਚੀਕਾਂ ਨਿਕਲ ਜਾਣ ਇਹ ਗਾੜੀ ਬਾਰਿਸ਼ ਪਤੀ ਲੱਗ ਜਾਈ ਫੇਰ ਕਿਵੇਂ ਉਹ ਸਟਾਈਲਿਸ਼ ਨਾਲ ਤਰੀਕੇ ਨਾਲ ਤੋਰੇ ਜਿਹਾ ਕਿ ਲੋਕਲ ਪਤਾ ਲੱਗੇ ਮੇਰੇ ਵੀ ਚਸਕੇ ਲੈਣ ਡਈ ਆਹ ਤੇਰੀ ਸ਼ਾਇਰ ਤਬੀਅਤ ਚੱਲ ਜਿਸ ਤਰ੍ਹਾਂ ਮੈਂ ਟੁਰਿਆ ਅੱਲਾ ਮੈਂ ਚੱਕਰੇ ਆਹ ਆਹ ਪਤਕ ਚਿਕੜ ਲੰਘਣ ਡਈ ਆਹ ਚੰਗੀ ਭਲੀ ਬੋਸ ਬਣਾਓ ਚਲੋ ਛੱਡੋ ਇਹਨਾਂ ਨੂੰ ਚਲੋ ਮੈਂ ਤਾਂ ਕਹਿੰਦਾ ਪਹਿਲੇ ਬੋਸ ਤੋਂ ਪਹਿਲੇ ਮੂਡ ਨਾ ਬਣਾ ਲਈ ਬਾਜੀ ਸ਼ਰਮ ਕਰੋ ਸ਼ਰਮ ਕਰੋ ਮੈਂ ਤੇਰੇ ਸਾਹਮਣੇ ਨਾਲ ਨਾ ਪੀ ਚਲੋ ਫੋਟੋ ਖਿੱਚੋ ਬੜਾ ਬੱਟੀ ਫੋਟੋ ਖਿੱਚੋ ਮੈਂ ਡੋਗਾ ਡੱਬਾ ਕੱਢ ਲਿਆ ਫਟਾਫਟ ਇਹ ਪਾਣ ਦੇ ਚਲੋ ਫੋਟੋ ਖਿੱਚੋ ਮੇਰੀ ਮੈਂ ਫੋਟੋ ਖਿੱਚ ਲੈਣੀ ਤੇਰੀ ਪਹਿਲੇ ਮੈਂ ਤੇਰੀ ਫੋਟੋ ਖਿੱਚਣੀ ਹੈ ਫਿਰ ਮੈਂ ਤੇ ਖਿੱਚੀ ਫਿਰ ਰਹੀ ਹੈ ਸ਼ੋਖਾ ਜੀ ਚਲ ਚਲ ਐਕਸ਼ਨ ਐਸੀ ਜ਼ਬਰਦਸਤ ਆਈ ਹੈ ਮਾਨਾ ਪਰਸ ਚ ਰੱਖਾਂਗਾ ਮੈਂ ਅੱਛਾ ਹਾਂ ਬੁਲੇ ਇਸ ਤਰ੍ਹਾਂ ਕਰਕੇ ਖਲੋ ਕੇ ਨਾ ਆ ਦੋਵੇਂ ਹੱਥ ਤੇ ਰੱਖ ਕੇ ਐਂ ਕਰੋ ਮੂੰਹ ਤੇ ਮੇਰੇ ਨਾਲ ਕਰਨਾ ਉੱਧਰ ਕਿਹਨੂੰ ਵੇਖਣ ਦੇ ਆ ਉਹ ਸਿਆਣੇ ਜੇ ਬਾਬੇ ਨੇ ਨਹੀਂ ਪਾ ਲੈਣੇ ਚੱਲ ਛਾਲ ਹਾਂ ਪਿੱਛੇ ਜਾ ਕੇ ਖਿੱਚਾ ਚੱਲ ਯਾਰ ਕਰਨਾ ਆ ਹਾਂ ਚਲੋ ਮਜ਼ੇਦਾਰ ਚਿੱਕ ਦੇ ਨਾਲ ਲੱਗ ਜਾ ਚਿੱਕ ਦੇ ਨਾਲ ਐਂ ਕਰਕੇ ਨਾਲ ਲੱਕ ਲਾ ਤੇ ਤੇਰੇ ਜ਼ਿਹਨ 'ਚ ਹੋਵੇ ਬਾਬਲਾ ਅਸੀਂ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹੇ ਯਾਰ ਬੜੇ ਬਗੈਰਤ ਲੋਕ ਨੇ ਇੱਕ ਭਾਈ ਨੂੰ ਕਿਹਾ ਮੈਂ ਟਿਕਟ ਲੈ ਕੇ ਮੈਨੂੰ ਸੈਲ ਮੇ ਬਿਠਾ ਦੇ ਉਹਨੇ ਟਿਕਟ ਲੈ ਕੇ ਮੈਨੂੰ ਟ੍ਰੇਨ 'ਚ ਬਿਠਾਤਾ ਉਹਦੇ ਨਾਲ ਇੱਕ ਭਾਈ ਬੈਠੇ ਮੈਂ ਭਾਈ ਕਿੰਨੇ ਵਜੇ ਚੱਲਣੀ ਕਹਿੰਦਾ ਚੁੱਪ ਕਰ ਚੱਲਣ ਵਾਲੀ ਹੈ ਥੋੜ੍ਹੀ ਦੇਰ ਬਾਅਦ ਟ੍ਰੇਨ ਚੱਲ ਪਈ ਟੀ ਟੀ ਆ ਕਹਿੰਦਾ ਟਿਕਟ ਵਿਖਾ ਮੈਂ ਕਿਹਾ ਪਹਿਲੇ ਗਾਣਾ ਸੁਣਾ ਕਹਿੰਦਾ ਭਾਈ ਜੀ ਮੈਂ ਗਾਣਾ ਸੁਣਾ ਮੈਂ ਮਰਾਸੀ ਹਾਂ ਆਪਣਾ ਸ਼ਾਮ ਸਾਹਿਬ ਇਹ ਬੜੀ ਇੱਜ਼ਤ ਕਰ ਰਿਹਾ ਤੂੰ ਕੁੜੀ ਤਾਂ ਨਹੀਂ ਆਈ ਇੱਥੇ ਕੁੜੀਆਂ ਆਉਂਦੀਆਂ ਨੇ ਉਹ ਤਾਂ ਦੱਸਿਆ ਨਾ ਰੀਮਾ ਲੀਲੀ ਰੇਸ਼ਮ ਸਾਰੀਆਂ ਇੱਥੇ ਆਉਂਦੀਆਂ ਨੇ ਹਾਂ ਜੀ ਆ ਰੀਮਲ ਕੋਲ ਲਿਆ ਮੈਂ ਰੇਸ਼ਮ ਕੋਲ ਲਿਆ ਮੈਂ ਨੀਲੀ ਕੋਲ ਲਿਆ ਮੈਂ ਅੱਜ ਕਿਹੜੀ ਲਿਆ ਓਏ ਉਹ ਸਾਂਗਣੇ ਦੇ ਤਮਾਸ਼ਬੀਨ ਪਹਿਲਾ ਖਰਾਬਾ ਪੁੱਤਰ ਬੁਝੀਆਂ ਅੱਖਾਂ ਵਾਲਾ ਹੈ ਕੌਣ ਆ ਜਾਈਏ ਰੇਸ਼ਮਾ ਉਹ ਰਹਿਣ ਦੇ ਬੁੱਢੀ ਔਰ ਲੰਬੀ ਜੁਦਾਈ ਉਹਦੀ ਹਿਸਟਰੀ ਦਾ ਵੀ ਪਤਾ ਇਹਨੂੰ ਪਰ ਦੂਸਰੀ ਹੈ ਰੇਸ਼ਮਾ 2 ਅੱਛਾ ਰੇਸ਼ਮਾ 2 ਤੇਰੀ ਜ਼ਾਤ ਤੇ ਥੂ ਬੜੀ ਸੱਟ ਲੱਗਦੀ ਬਜਰੀ ਖਾਨ ਨੇ ਪਾਂਬੇ ਲੋ ਗੈਸ ਹੋਈ ਜੇ ਹਾਂਜੀ ਸਰਦੇ ਤੇ ਕੰਮ ਤੇ ਕਰ ਹੁਕਮ ਕਰ ਸਾਡੀ ਫੋਟੋ ਤੇ ਲਾ ਦੇ ਹਾਂ ਕਿੱਥੇ ਟੰਗੀ ਏ ਕਿੱਥੇ ਟੰਗੀ ਏ ਓ ਯਾਰ ਕੈਮਰੇ ਨਾਲ ਲਾਣੀ ਅੱਛਾ ਕੈਮਰੇ ਨਾਲ ਲਾਣੀ ਰੇਸ਼ਮਾ ਦੇ ਸਾਹਮਣੇ ਆਓ ਜਰਾ ਤੁਸੀਂ ਅੱਛਾ ਜੀ ਤੂੰ ਦੱਸ ਤੈਨੂੰ ਕੁੰਗਲੀ ਮਹਿਸੂਸ ਹੋਈ ਹੈ
ਰੱਖਣ ਹੈ ਠੀਕ ਹੈ ਠੀਕ ਹੈ ਠੀਕ ਹੈ ਮੈਂ ਸਾਹਮਣੇ ਜਾ ਕੇ ਮੈਂ ਰੈਡੀ ਅਜੇ ਪੜਨ ਦਵਾ ਦੇਣਾ ਠੀਕ ਹੈ ਕੀ ਕਹੇਗਾ ਮੈਂ ਕਹਾਂਗਾ ਰੈਡੀ ਓਏ ਹਾਂ ਸਾਹਮਣੇ ਜਾ ਕੇ ਮੈਂ ਰੈਡੀ ਫੇਰ ਅੱਛਾ ਸਾਹਮਣੇ ਜਾ ਪਹਿਲਾਂ ਨਹੀਂ ਦਬਾਣਾ ਠੀਕ ਆ ਕੀ ਕਹੇਗਾ ਮੈਂ ਕਹਾਂਗਾ ਰੈਡੀ ਤੇਰਾ ਦਿਮਾਗ ਠੀਕ ਹੈ ਮਾਮਾ ਸੀ ਦੋ ਰਹਿ ਗਏ ਤੁਸੀਂ ਨਾਲ ਗਏ ਤੇ ਤੂੰ ਆਪ ਜਾ ਕੇ ਉੱਥੇ ਗਿਆ ਪਹਿਲੇ ਕਿਉਂ ਕਹਿੰਨੇ ਆਹ ਠੀਕ ਹੈ ਚਲੋ ਜੀ ਹਾਂ ਜੀ ਰੈਡੀ ਜੀ ਰੈਡੀ ਜੀ ਕੈਮਰਾ ਠੀਕ ਨਹੀਂ ਕਿਉਂ ਜੀ ਕਿਤੇ ਨਜ਼ਰ ਹੀ ਨਹੀਂ ਆਉਂਦਾ ਨਜ਼ਰ ਸਵਾਹ ਹੈ ਤੈਨੂੰ ਮਾਮਾ ਤੇਰਾ ਆਪਣਾ ਟਰਾਂਸਫਾਰਮਰ ਉੱਡਿਆ ਹੋਇਆ ਅੱਛਾ ਯਾਦ ਹੀ ਹੋਣਾ ਹੈ ਹਾਂ ਮੈਂ ਤਿਆਰ ਹਾਂ ਤਿਆਰ ਜੀ ਇਹ ਦੋਵਾਂ ਦੀ ਇਕੱਠੀ ਤਸਵੀਰ ਹੈ ਇਕੱਠੀ ਜੀ ਦੋਵਾਂ ਦੀ ਦੋਵਾਂ ਦੀ ਅਬ ਮੇਰੇ ਕੋਲ ਚੰਗੀਆਂ ਤਸਵੀਰਾਂ ਬਣਵਾਣੀ ਤਿਆਰ ਹੋ ਜਾ ਤਿਆਰ ਜੀ ਤਿਆਰ ਹਾਂ ਭਾਈ ਹਾਂ ਜੀ ਦੋਵੇਂ ਤਿਆਰ ਹੋ ਦੋਵੇਂ ਤਿਆਰ ਕਹੋ ਤਿਆਰ ਹੈ ਤਿਆਰ ਹੈ ਜਾਓ ਓਏ ਐਸ ਨਾ हाँ भाई कैसी आई है नाल ही आ गई अच्छा जी आई नहीं अच्छा कितने आ गई ले फिर एक मेरी बना दे रेशमा नाल किस नाल रेशमा जी नाल आए मैं तेरे सदके वैसे तुम्हारा नाम रेशमा अच्छा नहीं है क्यों जी तुम्हारा नाम होना चाहिए बिल्ले बिल्ले क्यों मेरी मशरूक का नाम सी हाँ जी दी मशरूक सी बिल्ले एक बंदा बोरी च पा के दूर छड आया सी बिल्ले जी जी हाय हाय बिल्ले जी छोने बिल्ले कुत्ते ਕਿਸਾ ਬਗੈਰਤ ਆਦਮੀ ਆਪਣਾ ਚੈਨਲ ਸਹੀ ਫੜਦੇ ਬਗੈਰਤ ਪਾਵੇ ਖਾਦੇ ਨਹੀਂ ਤੈਨੂੰ ਕਿਵੇਂ ਮਹਿਸੂਸ ਹੋਇਆ ਤੇਰੀ ਚੁੰਮੀ ਜੁੜ ਗਈ ਸੀ ਮੇਰੇ ਨਾਲ ਲਓ ਜੀ ਬਿੱਲੇ ਜੀ ਜੀ ਮੈਂ ਚਾਹਨਾ ਕਿ ਇੱਕ ਯਾਦਗਾਰ ਤਸਵੀਰ ਹੋਣੀ ਚਾਹੀਦੀ ਹੈ ਬਿਲਕੁਲ ਆਓ ਜ਼ਰਾ ਲੰਮੇ ਬੈਗ ਬਣਵਾ ਲਈਏ ਓਏ 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 ਨਹੀਂ ਮੈਂ ਲੰਮਾ ਬੈ ਜਾਣਾ ਖਲੋ ਜਾਣਗੇ ਨਾ ਕੰਮ ਫਾਲੋ ਨਹੀਂ ਕਰਦਾ ਅੱਛਾ ਖਲੋ ਜਾਣਗੇ ਹਾਂ ਜੀ ਦੇਖ ਅੰਨਾ ਸਾਰਾ ਪਤਾ ਹੁੰਦਾ फटाफट जाके फिल्म धो ले मेरी बारी कैमरा कोई सख्त नहीं बजा तुहाडी वारी नहीं सी बजा अपना बिल्ले जी जी बिल्ले हो हाँ जी आओ चलो चलो चल 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 बड़ी आकर आई है चल बोल जा हाँ जी आओ के चले तो मैं ड्रॉप कर दिया अगले दिन तड़े तो सीधा तुम मिल जाएंगे ठीक है जी ठीक है ठीक है अच्छा कुछ बात सुनो हाँ तुम्हारी घुमा दो हाँ सारे कब में नहीं गए नहीं थे तलक रहो अच्छा लग रहा है दिया अग्निबा ਇਹ ਲੈਣੀ ਮੈਨੂੰ ਕਿਰਾਇਆ ਨਹੀਂ ਦੇਣਾ ਮਿੱਠੀ ਨੂੰ ਬੁਲਾਣਾ ਮਿੱਠੀ ਏ ਤੇਰਾ ਕੱਖ ਨਾ ਰਵੇ ਹਾਂ ਇਧਰ ਆ ਗਿਆ ਕੀਤ ਹਾਂ ਛਿਲਾਰੀ ਆਈ ਚੱਲ ਆ ਕੁੱਤਿਆ ਆ ਬੱਬੜ ਛੇਣੀ ਆ ਤੇਰਾ ਜੋਰ ਕੋਈ ਨਹੀਂ ਆ ਛਾ ਰਹੇ ਹੀ ਲੈ ਲੈ ਬਕਵਾਸ ਨਾ ਕਰ ਓਏ ਕੁੱਤਿਆ ਆ ਗਿਆ ਆਈ ਕੋਈ ਨਹੀਂ ਤੇਰੀ ਮਾਂ ਨੇ ਟੈਨਸ਼ਨ ਦਿੱਤੀ ਕੰਮ ਕਰ ਕਰ ਮਰਨਾ ਲੈ ਹੋ ਗਿਆ ਬਦਮਾਸ਼ੀ ਕਰ ਕਰ ਦੇ ਹੋਏ ਪਏ ਆ ਅੱਛਾ ਅੱਜ ਕਮਾਂ ਚ ਕੀ ਪਈ ਆਈ ਮੈਂ ਜਿਹਨੇ ਨਾਲ ਇਸ਼ਕ ਕਰਨਾ ਬਸ ਕਰ ਦੇ ਮੈਂ ਕਿੰਨੇ ਸਾਲ ਤੇਰੇ ਪਿਓ ਨਾਲ ਫਸੀ ਰਹੀ ਹਾਂ ਹਯਾ ਕਰ ਇਹੋ ਜੇ ਗੱਲਾਂ ਸ਼ਰਮ ਕਰ ਹਣੀ ਕੀ ਬਣੀ ਹੈ ਪੁੱਤਰਾ ਤੈਨੂੰ ਤੂੰ ਤੇ ਸਿੱਧੀ ਹੋ ਗਈ ਖਾਨਾ ਖਰਾਬ ਦਿਆ ਪੁੱਤਰਾ ਅਕਲ ਕਰ ਦਰ ਦੌੜਦੀ ਨਹੀਂ ਮੈਂ ਹੌਲੀ ਹੌਲੀ ਜਾਨੀ ਆ ਇਹਨਾਂ ਲਈ ਇਸ਼ਕ ਕਰਨੇ ਆ ਤੇਰੇ ਇਸ਼ਕ ਤੇ ਮੈਂ ਪਾਗਲ ਹੋ ਗਿਆ ਵਾ ਕਿਵੇਂ ਕਰਨਾ ਪੁੱਛਾ ਹੋ ਕੁਝ ਜਾਂਦੇ ਕੀ ਕੀਤਾ ਕੱਲ ਦੀ ਗੱਲ ਸੁ ਮੈਂ ਹਮਾਂ ਦੇ ਨਾਲ ਗਿਆ ਹਮਾਂ ਦੇ ਨਾਲ ਕੇ ਬਾਹਰ ਰਹੇ ਲੋਕਾਂ ਨੇ ਮੈਨੂੰ ਵੇਖ ਕੇ ਦੌੜਾ ਲਾਤੀ ਆ ਉਹ ਕਿਉਂ ਉੱਟੀ ਕਮਾਈ ਆ ਕੇ ਮੈਨੂੰ ਕਹਿੰਦੀ ਛਾਈ ਜੀ ਮੇਰੇ ਵੱਲੋਂ ਲਾਡ ਹੋਏਗੀ ਫਿਰ ਮੈਨੂੰ ਯਾਦ ਆਇਆ ਮੈਂ ਤੇ ਆਪਣੇ ਕੱਪੜੇ ਹਮਾਮ ਤੇ ਭੁੱਲ ਆਇਆ ਮੈਂ ਤੇਰੀ ਮਾਂ ਨੂੰ ਦੱਸਣੀ ਓਏ ਅੰਮੀ ਨੂੰ ਨਾ ਜੱਜੀ ਜੀ ਮੈਂ ਕਹਿੰਦਾ ਬੀਬੀ ਯੋ ਬਾਹਰ ਆ ਤੇਰਾ ਬਾਹਰ ਆਣਾ ਅੰਮੀ ਆ ਗਈ ਅੰਮੀ ਆ ਗਈ ਅੰਮੀ ਮੱਖਰੀ ਮਿਲੀਅਨ ਖੇਡਦੀ ਰਹਿੰਦੀ ਕੀ ਬਦਤਮੀਜ਼ੀ ਹੈ ਇਹ ਮਿੱਠੀ ਜੀ ਸਭ ਸੇ ਕਿਰਾਇਆ ਵਸੂਲ ਕਰ ਲਿਆ ਤੁਮਨੇ ਓ ਲੈ ਲੈਨੀ ਆ ਕਿਰਾਇਆ ਤੁਮੇ ਮਾਲੂਮ ਹੈ ਨਾ ਜੋ ਹਮੇ ਕਿਰਾਇਆ ਦੇਤਾ ਹੈ ਵੋ ਹਮਾਰਾ ਕਿਰਾਏਦਾਰ ਹੋਤਾ ਹੈ ਜੋ ਨਹੀਂ ਦੇਤਾ ਹੈ ਓ ਘਰੋਂ ਬਾਹਰ ਹੀ ਹੁੰਦਾ ਹੈ ਅਬ ਸਭ ਕੋ ਬਾਰੀ ਬਾਰੀ ਬੁਲਾਓ ਸਭ ਸੇ ਕਿਰਾਇਆ ਵਸੂਲ ਕਰੋ ਓ ਲੈ ਲੈਨੀ ਓਏ ਓਏ ਬੋਲੇ ਓ ਕਾਕਾ ਓਏ ਇਧਰ ਆਈ ਨਾ ਤੇਰਾ ਪਠਾਣਾ ਦੀ ਸਪੀਡ ਪਿੱਛੇ ਇਧਰ ਆ ਚੱਲ ਬੇਟੇ ਕਿਰਾਇਆ ਹਾਂ ਪੱਪੂ ਕਿਰਾਇਆ ਜਿੰਦਾ ਕਰੋਗੇ ਸੋਹਣੇ ਕਿਰਾਇਆ ਕਾਕਾ ਬੇਟਾ ਚਾਹੀਦਾ ਪਹਿਲੇ ਦਾ ਕਿਰਾਇਆ ਕਿਰਾਇਆ ਕਿ ਬੇਟਾ ਚਾਹੀਦਾ ਬੇਟਾ ਅੱਲਾ ਦੇਗਾ ਤੈਨੂੰ ਦਿੱਤਾ
ਮੈਂ ਕਿਹਾ ਤੁਸੀਂ ਜੋ ਜੋ ਸਾਨੂੰ ਰਾਇ ਦਾ ਅੱਧਾ ਘੰਟਾ ਲੱਗ ਜਾਣਾ ਇੱਥੇ ਕਿਰਾਇਆ ਉਹ ਹਰਕਤਾਂ ਕਰ ਜਿਹੜੀਆਂ ਅਸੀਂ ਵੀ ਕਰ ਲਈਆਂ ਕਿਰਾਇਆ ਦੇ ਬੱਬੂ ਕਿਰਾਇਆ ਸੋਹਣਿਆ ਕਿਰਾਇਆ ਕੱਢ ਇਹਦਾ ਸਰ ਤੂੰ ਕੀ ਕਰਾਇਆ ਉਹ ਪੂਰੀ ਗੱਲ ਤਾਂ ਸੁਣ ਲੈਂਦੀ ਹੈ ਤੂੰ ਕੀ ਕਿਰਾਇਆ 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 ਕਰਦੀ ਰਹਿੰਦੀ ਆ ਚੋਈ ਫੜ ਲੈਣੀ ਕਿਰਾਇਆ ਕੱਢ ਪਹਿਲਾਂ ਫੜ ਕਿਰਾਇਆ ਦੇ ਹਰ ਮਹੀਨੇ ਪੂਰਾ ਦਿੰਦੇ ਆ ਕਿਸ਼ਤ ਬਿਸ਼ਤ ਵੀ ਹੋਵੋ ਤੇ ਦਿਓ ਵੀ ਪੂਰਾ ਤੇ ਪੂਰਾ ਹੀ ਕਿਰਾਇਆ ਦੇਣਾ ਹੀ ਔਰਤ ਦਾ ਦੇਣਾ ਹੀ ਜਿਹੜੇ 2500 ਨੇ 2500 ਹੀ ਹੈ ਪੂਰਾ ਦਿੱਤਾ ਕਿ ਨਹੀਂ ਮੇਰੀ ਬਾਤ ਸੁਣੋ ਤੁਮ ਠੀਕ ਸੇ ਬੈਠੋ ਕਿਰਾਇਆ ਦਿੱਤਾ ਇਹ ਸ਼ੁਕਰ ਕਰੋ ਇੱਜ਼ਤ ਨਾਲ ਦਿੱਤਾ ਹੈ ਮੈਂ ਦੇਸੀ ਤੇ ਇੰਜ ਦਿੰਦੇ ਖਤਰਨਾਕ ਹਾਂ ਤੇ ਡੱਗਣਾ ਬੇਟਾ ਜੀ ਜ਼ਮੀਨ ਨਾ ਲਈ ਉਹਦਾ ਨੱਕ ਤੇ ਵੀ ਅੱਖ ਚੋਂ ਪਿੱਛੇ ਨਿਕਲ ਜਾਵੇ ਤੇ ਭਾਗ ਰਿਹਾ ਹੋਏ ਕੰਮ ਹੀ ਕੁੱਟਾ ਹੈ ਉਹ ਪਤਾ ਅੱਖ ਚ ਨੱਕ ਫੀਟ ਕਰ ਦਿੰਦਾ ਹੈ ਭਾ ਹੈ ਭਾ ਕੰਨਾ ਝੂਪ ਲੈਨੇ ਮਕਾਨ ਚ ਰਹਿਣਾ ਮੈਂ ਤੇ ਮਕਾਨ ਵੇਖਿਆ ਹੀ ਨਹੀਂ ਪਹਿਲੇ ਮਕਾਨ ਵਿਖਾਓ ਕਿਰਾਇਆ ਲਓ ਓਏ ਜਿੱਥੇ ਰਹਿਣਾ ਜਿੱਥੇ ਖਾਣਾ ਜਿੱਥੇ ਪੀਣਾ ਤੇ ਖਾਉਣਾ ਉਹ ਮਕਾਨ ਹੈ ਤੇ ਹੋਰ ਮੈਂ ਸਮਝ ਗਰਾਉਂਡ 'ਚ ਰਹਿਣ ਦਿਆਂ ਚੱਲ ਬੇਟੇ ਫਟਾਫਟ ਛੇਤੀ ਅੰਨੇ ਨੂੰ ਕੱਲ ਬੜੀ ਮਾਰ ਪਈ ਹਮਾਮ ਤੋਂ ਕਿਉਂ ਹਮਾਮ ਦੇ ਨਾਲ ਗਿਆ ਪੈਂਟ ਆਪਣੀ ਪਾਲੀ ਜੀਪ ਨਾਲ ਦੇ ਦੀ ਬੰਦ ਕਰਤੀ ਔਰ ਬੰਦਾ ਤੇ ਕੋਲ ਪੁੱਛੇ ਤੂੰ ਵੇਖਣ ਕੀ ਗਿਆ ਸਰ ਚੱਲ ਗੱਲਾਂ ਨਾ ਕਰ ਕਿਰਾਇਆ ਦੇ ਦਿੰਦੇ ਕਿਰਾਇਆ ਦੇ ਕੇ ਜਾਣਾ ਦੇ ਬੇਟੇ ਕਿਰਾਇਆ ਹਾਂ ਇਹ ਕਰਨ ਦੇ ਚੈੱਕ ਨਾ ਕਰੀ ਬਹੁਤੇ ਚਲੇ ਜਾਣ ਚੱਲ ਅੱਧੇ ਕੀ ਥੁੱਕ ਲੱਗੀ ਏ ਬਾ
ਟਿਕਟ ਲਾ ਕੇ ਪੌੜੀਆਂ 'ਚ ਬਹਿ ਜਾਂਦਾ। ਆਹੋ ਮੈਂ ਨਹੀਂ ਬੈਂਦਾ, ਵਜਾ ਮੈਂ ਕੋਈ ਕੰਜੇ ਦਾ। ਹੈਲੋ ਜੀ ਪੈਸੇ ਬੀਬੀ ਜੀ। ਉਹ ਚੌਥਾ ਰਿਆਜ਼ ਕਿੱਧਰ ਹੈ ਜੁੱਤੀਆਂ ਵਾਲਾ? ਮੱਕੂ
ਮੈਂ ਹੁਣ ਇੱਥੇ ਦੌੜਨ ਲੱਗ ਪਵਾਂ। ਇਹਦਾ ਪਾ ਸਮਾਂ ਠੀਕੇ ਉਹਦਾ ਨਵਾਂ ਸੈਮਸੋ ਨਾਈਟ ਸੁਣ ਦਿੱਤਾ ਇਹ ਪਾਟੋ ਨਾਈਟ ਹੈ ਇਹਦਾ ਪਾ ਸਮਾਂ ਇਹਦੀ ਅੰਮੀ ਦੇ ਕੱਪੜੇ ਲੈ ਹਾਏ ਹਾਏ ਲੈ ਖਾੜ ਆਪਣਾ ਬਿਸਤਰਾ ਮਸਜਿਦ ਦੀਆਂ ਚੋਰਾ ਬਗੈਰ ਤਾਂ ਕੋਈ ਨਮਾਜ਼ ਪੜ੍ਹਦਾ ਨਹੀਂ ਚੀਜ਼ਾਂ ਚੁੱਕੀ ਜਾਂਦਾ ਮੇਰਾ ਸਿੰਗਲ ਬੈੱਡ ਤੇਰੇ ਮੁਰਸ਼ਦਾਂ ਦਾ ਤਕੀਆ ਜਿਹਦੇ ਉੱਤੇ ਤੇਰੀ ਖਾਲਾ ਦਾ ਮੁਜਰਾ ਵੇਖਦੇ ਸਨ ਆਰਾਮ ਨਾਲ ਯਾਰ ਆਰਾਮ ਨਾਲ ਯਾਰ ਉਹ ਬਕਸੇ ਨੂੰ ਕੋਈ ਵਟਣਾ ਪੈ ਜਾਏ ਯਾਰ ਕੀ ਬਕਵਾਸ ਯਾਰ ਚੁੱਪ ਕਰ ਜਾਓ ਮੈਂ ਤੈਨੂੰ ਗਜ਼ਲ ਸੁਣਾਉਣਾ ਤੈਨੂੰ ਖੋਟਾ ਬਣ ਕੇ ਵਖਾਵਾ ਬਣ ਕੇ ਵਖਾ ਬਣ ਖੋਟੀ ਮੈਂ ਵੀ ਮੰਗੀ ਲਿਆਉਣਾ ਚਾਰ ਵਜੇ ਪਿੱਪਲ ਦੇ ਥੱਲੇ ਦਿਹਾੜੀ ਲਾ ਉਹ ਕੰਧ ਬਣਨ ਲਈ ਇਕੱਠੇ ਜੀਵਾਂਗੇ ਔਰ ਤੁਸੀਂ ਤਿੰਨੋਂ ਮਰੋਗੇ ਤੂੰ ਜ਼ਿੰਦਾ ਰਹਿ ਕੇ ਕੀ ਕਰਨਾ ਮੈਂ ਤੁਹਾਨੂੰ ਦਫਨਾਉਣਾ ਨਹੀਂ ਨਾ ਭਾਈ ਤੂੰ ਨਾ ਸਾਡੀ ਕੇਅਰ ਕਰੀ ਵੀ ਉੱਥੇ ਥੱਲੇ ਤਾਂ ਯਾਰ ਇਹ ਮਕਾਨ ਇੱਥੋਂ ਨਿਕਲ ਗਿਆ ਨਾ ਉਹ ਸਾਡਾ ਯਾਰ ਵਿਛੜ ਜਾਣਾ ਯਾਰ ਨਹੀਂ ਵਿਛੜਦਾ ਯਾਰ ਯਾਰ ਇਸ ਤਰ੍ਹਾਂ ਕਰਾਂਗੇ ਕੀ ਰਹੇਗਾ ਕੀ ਕਰਦੇ ਪਏ ਇੱਥੇ ਆਪਣੇ ਘਰ ਤੇ ਰੱਖ ਨਹੀਂ ਸਕਦੇ ਸੀ ਔਰ ਨਹੀਂ ਆਪਣੇ ਘਰ ਨਹੀਂ ਨਾ ਇੱਥੇ ਰਹੇਗਾ ਯਾਰ ਇੱਥੇ ਕਿਰਾਏਦਾਰ ਆਉਣਗੇ ਨਾ ਅਸੀਂ ਕਹਾਂਗੇ ਇਸ ਮਕਾਨ 'ਚ ਸਾਇਆ ਹੈ ਹਾਂ ਅਸੀਂ ਕਹਾਂਗੇ ਮਕਾਨ 'ਚ ਸਾਇਆ ਹਾਂ ਅੰਨੇ ਜਦੋਂ ਕਹਾਂਗੇ ਨਾ ਸਾਇਆ ਤੂੰ ਫੌਰਨ ਸਾਹਮਣੇ ਆ ਜਾਣਾ ਓਏ ਠੀਕ ਹੈ ਓਏ ਗੱਲ ਵਧੀਆ ਜੀ ਉਹਨਾਂ ਦੇ ਸਾਹਮਣੇ ਇਸ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਹਾਂ ਕੋਈ ਉਹ ਖੌਫ ਨਾਲ ਹੀ ਦੌੜ ਜਾਣਗੇ ਮੈਂ ਇਸ ਘਰ ਦੇ ਬਾਰੇ ਡਰਾਵਾਂਗੇ ਕਹਾਂਗੇ ਤੇ ਜਿੰਨ ਭੂਤ ਨੇ ਠੀਕ ਹੈ ਜ਼ਰਾ ਮਾਈਆ ਸੇ ਬਦਵਾ ਕਰ ਕਰ ਲੋ ਯਾਲਾ ਇਸ ਮਾਈ ਨੂੰ ਚੁੱਕ ਲੈ ਆਮੀਨ ਤੇ ਜੀ ਚਿੰਦ ਚੀ ਰੱਖਾ ਮਾਰ ਆਮੀਨ ਯਾਲਾ ਮਾਈ ਅੰਬ ਚੁੱਪੇ ਗਿੱਟ ਕੰਦਰ ਫਸ ਜਾਏ ਆਮੀਨ ਉਹ ਕਰਕੇ ਮਰ ਜਾਏ ਆਮੀਨ ਯਾਲਾ ਨੂੰ ਫੋੜੇ ਕੱਢ ਦੇ ਆਮੀਨ ਬੱਚੀ ਲੱਸੀ ਲੜ ਜਾਏ ਮਾਈ ਆਮੀਨ ਯਾਲਾ ਇਹ ਮਾਈ ਮੇ ਨਾ ਫਸ ਜਾਏ ਆਮੀਨ ਇਹਨੂੰ ਮੈਨੂੰ ਤੇ ਨੇ ਤੰਗ ਕੀਤਾ ਮੇਰੇ ਲੋ ਆਮੀਨ ਇਸ ਤੋਂ ਵੱਡੀ ਸਜ਼ਾ ਨਹੀਂ ਹੋ ਸਕਦੀ ਨਾ ਘਬਰਾਈ ਚਲੋ ਸ਼ੁਕਰ ਹੈ ਉੱਥੋਂ ਕੰਜਰਾਂ ਦਾ ਯੱਕਾ ਵੀ ਆ ਗਿਆ ਮਾੜਾ ਕਿਉਂ ਸਾਰਾ ਇਹ ਜਦੋਂ ਹੋਣ ਵਾਲਾ ਸੀ ਇਹਦੀ ਮਾਂ ਨੇ ਚਾਬੀ ਵਾਲਾ ਟੀਕਾ ਲਵਾ ਲਿਆ ਅੱਛਾ ਉਹ ਗੱਲ ਡਬਲ ਮਾਈਂਡ ਹੋ ਗਈ ਹੋਣਾ ਨਹੀਂ ਹੋਣਾ ਸਮਝ ਆਵੇ ਨਾ ਗੱਲ ਪੂਰੀ ਫਿਰ ਇੱਕਦਮ ਪਤਾ ਲੱਗਾ ਹੋਣਾ ਫਿਰ ਤਾਲੇ ਖੋਲਣ ਵਾਲਾ ਬੰਦਾ ਸੱਦਿਆ ਫੀਨਾ ਕਿਸ ਤਰ੍ਹਾਂ ਹੋਇਆ ਕਿਸ ਤਰ੍ਹਾਂ ਇੱਕ ਬੰਦਾ ਪੰਜ ਛੇ ਘੰਟੇ ਖੜੋਤਾ ਹੈ ਬੜਾ ਹੋ ਜਾ ਆਹ ਕੰਮ ਪੈ ਗਿਆ ਆਹਾ ਬਿਸਮਿਲਲਾ ਉੱਠ ਜ਼ਰਾ
ਇਹੋ ਜਿਹੇ ਮੁੰਡੇ ਫੈਕਟਰੀ ਦੀ ਛੱਤ ਤੇ ਰੋਣ ਡੇ ਹੁੰਦੇ, ਆ ਚੱਲ ਪੈਸੇ ਨਹੀਂ ਦੇਣੇ ਮੇਰੇ ਕੱਪੜੇ ਦੇ ਦੇ। ਸਾਰੇ ਹੀ ਹੀਰਾ ਮੰਡੀ ਦੇ ਕਿਸੇ ਘਰੇਲੂ ਕੁੜੀ ਦੇ ਬੱਚੇ ਨੇ ਨਾਇਕ ਸਾਡੀ ਟੋਲਗੀ ਇਹਨਾਂ ਨੇ ਵਜਾ ਦਿੱਤੀ। ਮੋਬਾਈਲ ਖੋ ਕੇ ਲੈ ਗਿਆ, ਉਹਦੇ ਮਗਰ ਨਹੀਂ ਗਿਆ, ਹੁਣ ਕਹਿੰਦਾ ਲੈ ਜਾ ਚਾਰਜਰ ਤੇ ਮੇਰੇ ਕੋਲ। ਮੇਰਾ ਇਸ ਵੇਲੇ ਜੁਗਤਾ ਦਾ ਅਸਲ ਚ ਮੂਡ ਨਹੀਂ ਹੈਗਾ, ਮੈਂ ਅੰਦਰ ਫਿਲਮ ਦੇ ਰਿਹਾ ਸੀ ਇੰਡੀਆ ਦੀ ਕਰਨ ਅਰਜੁਨ, ਬੜੀ ਅੱਛੀ ਫਿਲਮ ਸੀ, ਅਮਰੇਸ਼ਪੁਰੀ ਸਭ ਠਾਕਰ ਬਣੇ ਸਨ ਵਿੱਚ, ਠਾਕਰ ਦੀ ਭੈਣ ਨੂੰ ਪੰਜ ਛੇ ਬੰਦੇ ਚੁੱਕ ਕੇ ਲੈ ਗਏ ਭਾਈ ਜੀ। ਪੜਿਆ ਲਿਖਿਆ ਜਾਹਲ ਪੇਂਡੂ ਸਾਲਾ, ਆਪਣੀ ਕੁੱਕੜੀ ਨੂੰ ਚਾਬੀ ਵਾਲੇ ਟੀਕਾ ਲਾ ਕੇ ਆਂਡੇ ਬੰਦ ਕਰਾ ਬੈਠਾ, ਉਹ ਕੁੱਕੜ ਵੱਖਰਾ ਪਰੇਸ਼ਾਨ ਫਿਰਨ ਡਿਆ ਹਕੀਮਾਂ ਨੂੰ। ਸ਼ਰਾਬ ਪੀ ਕੇ ਖੋਤੇ ਨੂੰ ਕਹਿਣ ਡਿਆ ਸੀ ਮੇਰਾ ਪਿਓ ਮਰ ਗਿਆ, ਹੁਣ ਜ਼ਿੰਮੇਵਾਰੀ ਤੇਰੇ ਤੇ ਹੀ। ਆਪਣੀ ਕੰਡ ਦਾ ਐਕਸਰੇ ਕਰਾ ਕੇ ਟੇਸ਼ਨ ਤੇ ਮੰਗਣ ਡਿਆ ਭਾਈ ਜੀ, ਮੇਰੇ ਦਿਲ ਚ ਸੁਰਾਖ ਹੈ। ਲੋਕਾਂ ਫੜ ਕੇ ਜੁੱਤੀਆਂ ਮਾਰੀਆਂ ਉਹਨੇ ਖਾ ਲਿਆ, ਇਹ ਵੀ ਆਪਣੀ ਕੰਡ ਦਾ ਐਕਸਰੇ ਕਰਾ ਕੇ ਭਾਈ ਆ ਵੇਖੋ ਸਰੰਗ ਜੀ ਇੱਥੋਂ ਟ੍ਰੇਨ ਲੰਘਦੀ। ਇਹਦੀ ਭੈਣ ਦੇ ਵਿਆਹ ਤੇ ਕਿਸੇ ਸ਼ੁਰਲੀ ਛੱਡੀ, ਕਹਿੰਦਾ ਵੇਖਿਆ ਮੇਰੀ ਭੈਣ ਦੀ ਹੈ ਧੁਮਾ, ਇਹਦੀ ਭੈਣ ਦੇ ਵਿਆਹ ਤੇ ਵੀ ਸ਼ੁਰਲੀ ਛੱਡੀ, ਸ਼ੁਰਲੀ ਕਰਦੀ ਫੜੁਸ, ਕਹਿੰਦਾ ਜਿਹੋ ਜੀ ਭੈਣ ਉਹੋ ਜੀ ਸ਼ੁਰਲਾ। ਇਲਾਕੇ ਚ ਕੋ ਮਸ਼ਹੂਰ ਚੀਜ਼ ਕਹਿੰਦਾ ਰਾਤ ਦੀ ਤੂੰ ਲੈ ਗਏ, ਫਿਰ ਸਾਨੂੰ ਮਸ਼ਹੂਰ ਚੀਜ਼ ਦੇਤੀ। ਇਹ ਦੇਖੋ ਇਹ ਸਾਰਾ ਪਹਿਲਾਂ ਪਾਕਿਸਤਾਨ ਦੀ ਫੁੱਟਬਾਲ ਟੀਮ ਹੀ ਸੀ, ਆਪਣੇ ਵਾਲੀ ਗੋਲ ਕਰ ਛੱਡਿਆ, ਉਹ ਮੈਂ ਕਿਹਾ ਉਧਰ ਨਹੀਂ ਕਰਦਾ, ਕਹਿੰਦਾ ਮੁੜ ਕਰਨ ਨਹੀਂ ਦਿੰਦੇ। ਅੱਗੋਂ ਹਟ ਜਾਓ, ਮੈਂ ਅੰਨਾ ਹੋ ਜਾਂਦੇ ਆ ਹੋ ਜਾਂਦੇ ਆ। ਹਾਂਜੀ ਇੱਕ ਗੱਲ ਤੇ ਦੱਸ, ਕੀ ਬੜਾ ਸਿਆਣਾ ਬਣਿਆ ਸਾਲਿਆ, ਇਹ ਤਾਰ ਤੇ ਚਿੜੀ ਤੇ ਚਿੜਾ ਬੈਠਾ ਹੈ, ਕਿਵੇਂ ਪਤਾ ਲੱਗੇਗਾ ਚਿੜੀ ਕਿਹੜੀ ਤੇ ਚਿੜਾ ਕਿਹੜਾ? ਜਿਹਨੂੰ ਸਾਹ ਚੜਿਆ ਹੋਏਗਾ ਚਿੜਾ ਹੋਏਗਾ। ਤੂੰ ਬੜੇ ਸ਼ੌਕ ਨਾਲ ਗੱਲ ਪੁੱਛੀ ਏ, ਓਏ ਤੁਹਾਡੀ ਤਾਰ ਸੀ ਕਿ ਚਿੜੀ? ਓ ਕਾਮੋ ਪੈ ਗਿਆ ਪੈ ਗਿਆ, ਇਹ ਜਿਹਨੂੰ ਸਾਹ ਚੜਿਆ ਸੀ ਉਹ ਚਿੜਾ ਸੀ। ਡਾਕੂ ਆ ਗਏ, ਉਹਨਾਂ ਨੇ ਪਿਸਤੌਲਾਂ ਕੱਢ ਲਿਆ, ਕਰ ਦਿਓ ਜੋ ਕੁਛ ਹੈ। ਇਹਦੀ ਅਗਲੀ ਸੀਟ ਤੇ ਔਰਤ ਬੈਠੀ ਸੀ, ਡਾਕੂ ਨੂੰ ਕਿਹਾ ਪਿਸਤੌਲ ਵਾ ਕਰ ਦੇ ਵੀ ਜੋ ਕੁਛ ਆਈ, ਉਹਨੇ ਦੇਖ ਤਾ ਸਾਰਾ ਕੁਛ। ਡਾਕੂ ਕਹਿੰਦੇ ਤੇਰਾ ਨਾਂ ਕੀ? ਉਹ ਕਹਿੰਦੀ ਕੌਸਰ। ਉਹ ਕਹਿੰਦੇ ਕੌਸਰ ਸਾਡੀ ਭੈਣ ਦਾ ਨਾਂ, ਸਾਰਾ ਸਮਾਨ ਵਾਪਸ ਲੈ ਲਓ। ਇਹਦੀ ਵਾਰੀ ਆ ਗਈ, ਉਹਨੇ ਕਿਹਾ ਕਰਦੇ ਜੋ ਕੁਛ ਆਈ, ਇਹਨੇ ਕਰਦਾ। ਉਹ ਕਹਿੰਦਾ ਤੇਰਾ ਨਾਂ ਕੀ? ਕਹਿੰਦਾ ਨਾਂ ਤੇ ਮੇਰਾ ਸ਼ਾਦ ਹਾਂ, ਉਹ ਮੈਨੂੰ ਕੌਸਰ ਕੌਸਰ ਕਹਿੰਦੇ ਸਾਰੇ। ਸੱਚਾ ਵਾਕਿਆ, ਸੱਚਾ ਵਾਕਿਆ। ਇਹਦੇ ਹਾਲ 50 ਸਾਲਾਂ ਬਾਅਦ ਧੀ ਪੈਦਾ ਹੋਈ ਤੇ ਆਪਣੀ ਬੁੱਢੀ ਨਾਲ ਲੜ ਪਿਆ, ਕਿਉਂ? ਕਹਿੰਦਾ ਤੈਨੂੰ ਜੋ ਕਿਹਾ ਪੁੱਤਰ ਹੋਣਾ ਚਾਹੀਦਾ, ਧੀ ਕੀ ਹੋਈ? ਇਹਦੀ ਬੁੱਢੀ ਨੇ ਕਿਹਾ ਅੱਲਾ ਦੀ ਰਹਿਮਤ ਹੋ ਗਈ, ਧੀ ਹੋ ਗਈ 50 ਸਾਲਾਂ ਬਾਅਦ। ਕਹਿੰਦਾ ਨਹੀਂ ਪੁੱਤਰ ਹੀ ਹੋਣਾ ਚਾਹੀਦਾ ਸੀ। ਇਹਦੀ ਬੁੱਢੀ ਨੇ ਮੂੰਹ ਤੇ ਚਪੇੜ ਮਾਰੀ, ਉਹਨੇ ਕਿਹਾ ਬਗੈਰਤਾ, ਜੇ ਮੈਂ ਤੇਰੇ ਤੇ ਰਹਿੰਦੀ ਮੈਂ ਧੀ ਦਾ ਮੂੰਹ ਵੀ ਨਹੀਂ ਸੀ ਵੇਖਣਾ।
ਬੜੀ ਬੁੱਢੀ ਚੈੱਕ ਕਰੋ ਕਿੰਨੇ ਪੈਸੇ ਉਹ ਕਹਿੰਦਾ ਜਦੋਂ ਚੈੱਕ ਹੀ ਕਰਨੀ ਫਿਰ ਕਾਹਦੇ ਪੈਸੇ ਯਾਰ ਡਾਕਟਰ ਨੇ ਬੁੱਢੀ ਚੈੱਕ ਕੀਤੀ ਬਗੈਰ ਤੋਂ ਐਡੀ ਗੱਲ ਨਹੀਂ ਹੁੰਦੀ ਜਿੱਦਾਂ ਤੁਸੀਂ ਖਿਲਾਣਾ ਪਾ ਲੈਂਦੇ ਹੋ ਸਾਨੂੰ ਪਤਾ ਲੱਗਾ ਕਿ ਆਹ ਜਿਹੜਾ ਘਰ ਹੈ ਨਾ ਇਹ ਖਾਲੀ ਹੈ ਇਹ ਸਾਨੂੰ ਕਿਰਾਏ ਤੇ ਚਾਹੀਦਾ ਜ਼ਿੰਦਗੀ ਬਚੀ ਐਸ ਘਰ ਚ ਰਹਿੰਦਾ ਸੀ ਅੱਜ ਹੀ ਬਾਹਰ ਆਇਆ ਬਈ ਐਸਾ ਘਰ ਕਦੀ ਇਸ ਤਰ੍ਹਾਂ ਹੋਇਆ ਕਿ ਤੁਸੀਂ ਘਰ ਚ ਬੈਠੇ ਹੋਵੋ ਤੁਹਾਡਾ ਸਮਾਨ ਹੌਲੀ ਹੌਲੀ ਬਾਹਰ ਆ ਜੇ ਐਸ ਘਰ ਚ ਹੁੰਦਾ ਜੇ ਤੇਰਾ ਤੇ ਲੋਟਾ ਵੀ ਲੰਮੀ ਟੂਟੀ ਵਾਲਾ ਲੰਮਾ ਵੀ ਨਹੀਂ ਔਰ ਸੁਣਿਆ ਟੂਟੀ ਅੱਗੇ ਕੈਮਰਾ ਵੀ ਲੱਗਾ ਅੱਬੇ ਤੇ ਜੰਗਲ ਹੈ ਅੰਦਰ ਸਾਲਿਆ ਤੁਸੀਂ ਲਾਸ਼ਾਂ ਟੁਰਦੀਆਂ ਵੇਖੀਆਂ ਹਾਂਜੀ ਹੁਣੀ ਟੁਰ ਕੇ ਆਈ ਖਾਨ ਸਾਹਿਬ ਹਾਂਜੀ ਕਦੀ ਇਸ ਤਰ੍ਹਾਂ ਹੋਇਆ ਕਿਸ ਤਰ੍ਹਾਂ ਤੁਸੀਂ ਆਪਣੇ ਦਰਵਾਜ਼ੇ ਦੇ ਅੱਗੇ ਖਲੋ ਕੇ ਦੰਦਾਂ ਤੀਲੀ ਮਾਰ ਰਿਹਾ ਹੋ ਅਚਾਨਕ ਤੁਹਾਡਾ ਨਾਲਾ ਨਿਕਲ ਜਾਏ ਨਹੀਂ ਸਾਰੀ ਜ਼ਿੰਦਗੀ ਲੰਘ ਗਈ ਇੰਜ ਨਹੀਂ ਹੋਇਆ ਇੱਥੇ ਹੁੰਦਾ ਜੀ ਖਾਨ ਸਾਹਿਬ ਕਦੀ ਇਸ ਤਰ੍ਹਾਂ ਹੋਇਆ ਹੋਵੇ ਤੁਸੀਂ ਸੁੱਤੇ ਪਏ ਹੋਵੋ ਤੁਹਾਡੀ ਧੁੰਨੀ ਚ ਉਬਲਿਆ ਪਾਣੀ ਨਿਕਲਣ ਲੱਗ ਪਏ ਕਦੀ ਉਸ ਤਰ੍ਹਾਂ ਹੋਇਆ ਹੋਵੇ ਮਾਫ ਕਰ ਦੇ ਜ਼ਿੰਦਗੀ ਪੂਰੀ ਲੰਘ ਗਈ ਏ ਨਾ ਕਦੀ ਇਸ ਤਰ੍ਹਾਂ ਹੋਇਆ ਤੇ ਨਾ ਹੀ ਕਦੀ ਉਸ ਤਰ੍ਹਾਂ ਹੋਇਆ ਤੇ ਤਿਆਰ ਹੋ ਜਾ ਦੋਵਾਂ ਵਾਰੀ ਇੱਥੇ ਆਉਣਾ ਜੀ ਸਾਡੀ ਭੈਣ ਹੈ ਸਾਲੀਏ ਉਹ ਸਾਡੀ ਧੀ ਆ ਸਾਡੇ
मास्टर साहब, दो पजामे सुवाने।
ਅਸਲੀ ਲੋਕ ਹਨ। ਸਾਡੀ ਇੱਕ ਵਾਰੀ ਦਾਵਤ ਕੀਤੀ ਸੀ ਰਾਣਾ ਮੋਬਾਈਲ ਹਾਰ ਰੋਡ ਵਾਲੇ ਨੇ। ਅੱਛਾ ਅੱਛਾ ਸੁੱਚੇ ਹਾਂਡੀਆਂ ਖਵਾਈ ਨਾ ਚੱਕਰੇ ਚ ਸੁਭਾਨ ਅੱਲਾ ਅੱਬਾ ਜੀ ਹਾਂਜੀ ਇੱਥੇ ਆ ਕੂੜ ਲੋਕਾਂ ਚ ਅਧਿਕਾਰ ਲੈ ਲੈ ਬੇਟ ਤੇ ਚਲਾ ਜਾ ਉਹਨੇ ਚੈੱਕ ਤਾਂ ਕਰੋ ਆਪ ਸਾਰੇ ਕੂੜ ਨੇ ਮਗਰ ਆ ਬੱਚਾ ਕੋਈ ਸੁਰਤੀ ਵਾਲਾ ਲੱਗਦਾ ਮੈਨੂੰ ਮੇਰਾ ਸੁਰਤੀ ਵਾਲਾ ਕੰਮ ਕਰ ਲਿਆ ਇਸ ਬੱਚੇ ਨੇ ਇਹਨੇ ਸਾਡੀ ਦਾਵਤ ਕੀਤੀ ਦਾਵਤ ਕੀਤੀ ਹਾਂਜੀ ਬੈਠੋ ਦੇਖ ਲੈਨੇ ਬੇਟਾ ਕੀ ਪਕਾਇਆ ਕਰੇਲੇ ਗੋਸ਼ਤ ਆਹਾਹਾ ਸੁਭਾਨ ਅੱਲਾ ਸਬਜ਼ੀਆਂ ਕੀ ਸਰਦਾਰ ਸਬਜ਼ੀ ਕਰੇਲੇ ਬੇਟਾ ਤੈਨੂੰ ਪਤਾ ਕਿ ਖਾਨ ਸਾਹਿਬ ਲੋਕ ਕਰੇਲੇ ਦਾ ਇੰਨਾ ਇਤਰਾਮ ਕਿਉਂ ਕਰਦੇ ਕਿਉਂ ਕਰਦੇ ਜੀ ਇਹ ਕਰੇਲੇ ਨੂੰ ਆਪਣਾ ਬਣਵਾਇਆ ਸਮਝਦੇ ਮੈਨੂੰ ਫਿਰ ਆਪਣਾ ਕਰੇਲਾ ਹੀ ਸਮਝੋ ਅੱਛਾ ਮੱਛੀ ਤਲੀ ਮੱਛੀ ਦਰਿਆ ਚੋ ਫੜੀ ਏ ਕੜਾਈ ਚ ਛੱਡ ਦਿੱਤੀ ਕੜਾਈ ਚੋ ਫੜੀ ਪਲੇਟ ਚ ਛੱਡ ਦਿੱਤੀ ਪਲੇਟ ਚੋ ਫੜਨੀ ਸੱਤ ਲੋ ਦੀ ਛੱਡ ਦੇਣੀ ਤਾਂ ਕਿ ਮੱਛੀ ਖੁਸ਼ ਰਹੇ ਜਿੰਮੇਦਾਰੀ ਪੈ ਗਈ ਹੈ
ਮਿੱਠੀ ਹੀ ਅਭੀ ਤੱਕ ਗਿਆ ਕਿਉਂ ਨਹੀਂ ਯਾਰ ਇਹ ਕਿਸੇ ਦੇ ਪਿਓ ਦਾ ਨਹੀਂ ਘਰ ਇਹ ਚੌਂਕ ਕੇ ਪੂਰੇ ਮੱਲੇ ਦਾ ਇਹ ਕਟੜੀ ਹੈ ਮੇਰੀ ਸਾਡਾ ਬੇੜਾ ਤਰਜੇ ਕੀ ਹਾਲ ਕੀਤਾ ਜੇ ਮੇਰਾ ਸਮਾਨ ਲੀਰੋ ਲੀਰ ਕਰ ਦਿੱਤਾ ਕਿਰਾਇਆ ਦੇਣਾ ਹਾਏ ਮੇਰੇ ਇਟਲੀ ਦਾ ਸਮਾਨ ਹਾਏ ਕਿਰਾਇਆ ਦੇ ਤੇ ਨਹੀਂ ਕਰਦੇ ਹੋ ਬੇੜਾ ਕਰ ਕਰ ਦਿੱਤਾ ਤੂੰ ਜੀਓ ਤੇ ਗਲਤ ਖਬਰਾਂ ਪੜਨ ਵਾਲੀਏ ਤੇਰਾ ਬੇੜਾ ਕਰ ਕੋਇਆ ਚਾਹ ਮੇਰੀ ਪੱਤ ਵਾਈ ਅੱਲਾ ਕਰੇ ਤੇਰੇ ਘਰ ਰਕਸ਼ਾ ਵੜ ਜਾਏ ਰਕਸ਼ਾ ਨਿਕਲ ਜਾਏ ਨਕਸ਼ੀ ਵਾਲਾ ਨਾ ਨਿਕਲੇ ਪੂਰੀਆਂ ਰੇਸਾਂ ਦਵੇ ਚੱਲ ਚੱਲ ਤੂੰ ਤੇ ਬਹੁਤ ਜ਼ੁਲਮ ਕੀਤਾ ਮਿੱਠੀਏ ਵੇੜੇ ਕਰੇ ਕਰ ਦਿੱਤਾ ਹੀ ਸਾਰਾ ਚਾਹ ਵੱਡੀ ਬਦਵਾ ਹੀ ਤੈਨੂੰ ਅੱਲਾ ਕਰੇ ਤੇਰੇ ਘਰ ਟਾਂਗਾ ਘੋੜਾ ਵੜ ਜਾਏ ਟਾਂਗਾ ਨਿਕਲ ਜਾਏ ਤੇਰੀ ਮੈਂ ਹੋਰ ਇਹਨਾਂ ਨੂੰ ਸਿਰ ਤੇ ਚੜਾ ਕੇ ਕੋਈ ਬਾਤ ਨਹੀਂ ਇਹ ਹਮਾਰੇ ਬੱਚੋ ਜੈਸੇ ਇਸਕਾ ਤੁਮਨੇ ਖਾਸ ਕਿਆ ਰੱਖਣਾ ਹੈ ਇਹ ਕਿਆ ਖਾਤਾ ਪੀਤਾ ਕਹਾਂ ਜਾਤੇ ਕਹਾਂ ਬੈਠਾ ਸਭ ਬਤਾ ਰਹਾ ਭਾਈ ਦੇ ਮਗਰ ਜਾਵਾ ਭਾਈ ਕੀ ਕੀ ਕਰਦੇ ਨੇ ਹਾਂ ਇਹ ਭਾਈ ਬੜੀਆਂ ਗਲਤ ਹਰਕਤਾਂ ਕਰਦੇ ਜੇ ਔਰ ਪਤਾ ਨਹੀਂ ਕਿੱਥੇ ਕਿੱਥੇ ਫੁਰਕਦੇ ਰਹੇ ਖਾਣਾ ਖਰਾਬ ਕਿਆ ਹੋ ਗਿਆ ਮਿੱਠੀ ਕੋ ਪਾਗਲ ਨਾ ਹੋ ਤੋ और ये वाली छाती थी लाती उस अन्ने ने लाई सी बड़ा बगैरत आदमी मैं क्या एड्रेस कैसा लग रहा है बड़ी सोहनी लग रही है मान अच्छा ਕੌਣ ਜਾਏਗਾ
ਮੈਂ ਕਿ ਮਿਹਨਤ ਕਰ ਕੇ ਪੁੱਛਣਾ ਵਾ ਉਹ ਕਿ ਲੱਗੀ ਓਏ 10 ਸਾਲ ਹੋਣੇ ਰੋਟੀ ਨਹੀਂ ਖਾਦੀ ਮੈਂ ਅੱਜ ਦੀ ਗੱਲ ਕਰਨ ਦੇ ਆ ਮਰੋ ਅਹੀ ਤੇ ਹਾਂਡੀ ਦਾ ਮੂੰਹ ਭੁੱਲ ਗਿਆ ਹਾਏ ਮਰ ਜਾ ਤੁਸੀਂ ਹਾਂਡੀ ਪਕਾਈਏ ਰੋਟੀ ਲੈ ਕੇ ਆਵਾ ਹੈ ਛੇਤੀ ਲੈ ਕੇ ਤੁਸੀਂ ਰੋਟੀ ਨਹੀਂ ਆਉਂਦਾ ਗੁੱਸਾ ਕਰਕੇ ਹੁਣੇ ਆਇਆ ਜੀ ਠੀਕ ਹੈ ਕਿਹੜੇ ਕੁੱਤੇ ਦੇ ਮੂੰਹ ਚ ਖੋ ਕੇ ਲਈ ਆਈ ਹੈ ਭਾਈਜਾਨ ਕੀ ਮੂੰਹ ਸੇ ਉਹ ਵੀ ਕੁੱਤਾ ਹੀ ਉਹ ਕਿਹੜਾ ਨਾਂ ਦਾ ਨੇ ਕਹਿੰਦੀ ਹੱਥਾਂ ਨਾਲ ਬਣਾਇਆ ਤੇਰੇ ਹੱਥਾਂ ਨੇ ਤੂੰ ਐਡੀ ਸਖਤ ਰੋਟੀ ਇਹ ਦਿਲ ਕਰੇ ਅੰਦਰ ਜਾ ਕੇ ਖਲੋਈਏ ਪੂਰੀ ਬਾਤ ਪੂਰੀ ਬਾਤ ਅਲਾਮੀਆਂ ਕੀ ਰੋਟੀ ਹੈ ਗੁੱਸੇ ਹੋਤੇ ਹੈ ਅਲਾਮੀਆਂ ਇਹ ਤਾਂ ਮੈਂ ਕੱਲ ਵੀ ਖਾਦੇ ਸਾਡੇ ਤੇ ਕੱਲ ਵਾਲਾ ਹੀ ਹੈ ਗੁੱਸੀ ਰੋਟੀ ਮਾਂ ਵਾਲਾ ਪਿਆਰ ਘੱਟਾ ਬੰਦੇ ਦੇ ਅੰਦਰ ਨਹੀਂ ਯਾਰ ਚਾਚਾ ਮੈਨੂੰ ਤਾਂ ਲੱਗਦਾ ਮੈਂ ਗੇਂਦ ਮੂੰਹ ਚ ਪਾ ਲਿਆ ਪਰ ਮਰ ਤੂੰ ਮੈਂ ਨਾ ਤੈਨੂੰ ਨਾ ਚੱਲਾ ਬਣਵਾ ਕੇ ਦਵਾਂਗਾ ਗੱਜ ਦਾ ਕਿ ਸੋਨੇ ਦਾ ਇਹ ਰੋਟੀ ਖਾ ਕੇ ਜੇ ਬਚ ਗਿਆ ਤੇ ਫੇਰ ਜਿਹੜਾ ਗਏ ਚੁੱਪ ਨਾ ਯਾਰ ਛੱਡ ਦੇ
ਕੱਟੜੀ ਬੜਾ ਸਲਾਟਾ ਛਾਇਆ ਕਿਤੇ ਮਾਜਦ ਬਾਬਾ ਫੜ ਜਾਣੀ ਹੈ ਪਤਾ ਵੀ ਦੇਖ ਕਾਮਰਾਨ ਗੁਰਾਏ ਨੂੰ ਲੱਗੇ ਬਿੱਲੇ ਜੀ ਬੜੇ ਦਿਨਾਂ ਬਾਅਦ ਆਇਓ ਹਾਂਜੀ ਜਾਣਾ ਅੱਛਾ ਮੈਂ ਤੁਹਾਡੇ ਲਈ ਬੋਤਲ ਪੀ ਕੇ ਆਉਣਾ ਚਲੋ ਜੀ ਮੁਸਲਮਾਨ ਭਰਾਵਾਂ ਨੂੰ ਇੱਕ ਵਾਰੀ ਪਤਾ ਲੱਗ ਜਾਵੇ ਹਿਰਦੇ ਉੱਤੇ ਜਾ ਰਹੇ ਮੈਂ ਕਿਹਾ ਮੇਰਾ ਦਿਲ ਕਰਦਾ ਕਿ ਮੈਂ ਤੈਨੂੰ ਕੁੱਟ ਕੇ ਚੱਪੀ ਪਾ ਲਾ ਦਿਲ ਤੇ ਮੇਰਾ ਵੀ ਕਰਦਾ ਲੇਕਿਨ ਪਰਚਾ ਹੋ ਜਾਂਦਾ ਸੀ ਕਿਆ ਹੋ ਰਿਹਾ ਯਾਰ ਤੂੰ ਪਿੱਛੇ ਦੇਖ ਨਹੀਂ ਰਿਹਾ ਤੇ ਸਭ ਦੇਖ ਰਿਹਾ ਸੀ ਸਭ ਦੇਖ ਰਿਹਾ ਤਾ ਔਰ ਬੜੇ ਮਜ਼ੇ ਲੈ ਰਿਹਾ ਤੂੰ ਬਹੁਤ ਬੜੇ ਚਮਕੇ ਹੋ ਆ ਬਈ ਕਿਸੇ ਤਰ੍ਹਾਂ ਦਿਖਾਇਓ ਇਹ ਬੰਦਾ ਚੁਗਲੀਆਂ ਕਰਕੇ ਮੇਰੇ ਘਰ ਮਾਰ ਦਿੰਦਾ ਤੂੰ ਮਸੀਤੋਂ ਖਾ ਗਿਆ ਬੇਟੇ ਆਪਣੇ ਘਰੋਂ ਖਾਧੀ ਏ ਤੇਰਾ ਕਿਹੜਾ ਘਰ ਮਾਮਾ ਹੈ ਪਾਗਲ ਹੋ ਗਿਆ ਅੰਨਿਆ ਮਰਾਸੀਆਂ ਦੇ ਘਰ ਆਲਤ ਕਰ ਕਹਿੰਦਾ ਇੱਥੋਂ ਖਾਧੀ ਏ ਇਹ ਕਿਉਂ ਕਿ ਵੇਖ ਤਰਾ ਉਹ ਤੇਰੇ ਸਿਰ 'ਚ ਬਾਲਾ ਤਾਂ ਨਹੀਂ ਵੱਜਾ ਨਹੀਂ ਬੇਟੇ ਬਾਲਾ ਨਹੀਂ ਸੀ ਵੱਜਾ ਤੇ ਫਿਰ ਤੇਰਾ ਕਿਹੜਾ ਘਰ ਏ ਇਹ ਮੇਰਾ ਘਰ ਏ ਮੈਨੂੰ ਪਤਾ ਸੀ ਤੁਸੀਂ ਮੇਰੀ ਗੱਲ 'ਤੇ ਯਕੀਨ ਨਹੀਂ ਕਰਨਾ ਇਸ ਲਈ ਮੈਂ ਸਬੂਤ ਵੀ ਰੱਖਦਾ ਹੁੰਦਾ ਆਪਣਾ ਚਾਨੂ ਯੈਸ ਡਾਰਲਿੰਗ ਉਹਨੇ ਸਮਝਿਆ ਮੈਂ ਆਵਾਜ਼ ਮਾਰੀ ਡਾਰਲਿੰਗ ਜੀ ਠਹਿਰੋ ਸ਼ਾਹਰੁਖ ਖਾਨ ਸਾਹਿਬ ਅੱਛਾ ਸ਼ਾਹਰੁਖ ਖਾਨ ਸਾਹਿਬ ਚਲੋ ਇਹ ਬੱਤਲ ਲੈ ਲੈ ਔਰ ਪਾਣੀ ਦਾ ਗਲਾਸ ਲੈ ਕੇ ਆਓ ਉਹ ਕਿਧਰੇ ਲੈ ਹੀ ਨਾ ਆਵੇ ਉਹ ਵੀ ਲੈ ਵੀ ਏਡੀ ਵੀ ਲੁੱਟ ਨਹੀਂ ਪਈ ਉਹ ਕਿਧਰੇ ਮਸੀਤੋਂ ਭਾਂਡੇ ਲੈ ਲਏ ਤੇ ਉਹ ਤੇ ਲੈ ਆਈ ਉਹ ਚੁਸਕੀ ਇੱਕ ਤਾਂ ਪਾਣੀ ਦਾ ਮੁੰਡਾ ਮਿਲ ਜਾਣਾ ਆਪਣੇ ਘਰ ਤੇ ਪੀਣੇ ਖਾ ਜਾ ਮੇਰਾ ਮੁੰਡਾ ਪਤਾ ਪਾਣੀ ਨਿਕਲਦਾ ਬਗੈਰ ਸੋਚੇ ਸਮਝੇ ਟੁਰ ਪੈਣਾ ਇਸਕੇ ਲਈ ਪਰਸਨੈਲਿਟੀ ਚਾਹੀਏ ਹੋਤੀ ਅੱਲਾ ਦਾ ਸ਼ੁਕਰ ਹੈ ਭਾਈ ਮੈਨੂੰ ਪਿਆਸ ਹੀ ਨਹੀਂ ਲੱਗੀ ਚੱਲ ਮੈਂ ਪਾਣੀ ਨਹੀਂ ਪਿਆ ਯਾਰ ਮੈਂ ਜੂਸ ਪੀਤਾ ਤਰਾਸ ਪੈ ਜਾਏਗਾ ਅਸੀਂ ਤੈਨੂੰ ਨੀ ਦੱਸਣਾ ਮੈਂ ਤੇਰੀ ਅੰਮੀ ਨੂੰ ਦੱਸਾਂਗਾ ਜਿਹੜਾ ਮੇਨ ਮੋਰ ਹੈ ਸਾਡੇ ਯਾਰ ਦਾ ਨਵਾਂ ਸਮਾਨ ਬਾਹਰ ਪਿਆ ਜਿੰਨ ਉੱਡਦਾ ਫਿਰਨ ਡਿਆ ਹਵਾ ਚਪੇੜਾ ਮਾਰ ਰਿਹਾ ਲੱਤ ਛੱਡ ਮੇਰੀ ਓਏ ਮੁਨਾਫਕਾ ਲੱਤ ਛੱਡ ਮੇਰੀ ਓਏ ਲੱਗ ਗੱਲਾਂ ਕਰ ਲੈ ਗਿਆ ਆਰਟਿਸਟ ਦੀ ਗੱਲ ਯਾ ਅੱਲਾ ਓਏ ਓ ਛੱਡ ਓਏ ਓਏ ਭਾਈ ਸਾਹਿਬ
ਸੁਣਿਆ ਇੱਥੇ ਜਿੰਨ ਭੂਤ ਰਹਿੰਦੇ ਨੇ। ਪਤਾ ਨਹੀਂ ਤੁਸੀਂ ਕੌਣ ਹੋ? ਮੈਨੂੰ ਜਾਪ ਮਰਿਆ 100 ਸਾਲ ਹੋ ਗਿਆ। ਹਾ ਹਾ 100 ਸਾਲ ਹੋ ਗਿਆ। ਵਾਹ ਅਸੇ ਖੋਲ ਮੈਂ ਅੰਦਰ ਜਾਣਾ ਹੈ। ਐ ਦਿੰਦਾ ਉਹ ਕਿੱਧਰ ਹੈ? ਉਹ ਮੇਰੀ ਕਬਰ 'ਚ ਛਾਪਾ ਪੈ ਗਿਆ। ਓਏ ਕਿਹੜੀ ਕਬਰ 'ਚ ਰਹਿਣ ਡਈ ਆ? ਕਬਰ ਦੇਖ ਲਈਏ। ਬੜੀ ਸਸਤੀ ਹੋ ਗਈ ਭਾਈ। ਹੋਇਆ ਕੀ ਹੈ? ਉਹ ਕਹਿੰਦੇ ਨੇ ਹੈਲਮਟ ਤੋਂ ਬਗੈਰ ਨਹੀਂ ਸੋਣਾ। ਹੈਲਮਟ ਵਾਲਾ ਇਹ ਜਿਹੜੇ ਤੇ ਸਾਲਾ ਹੋਰੇ ਸੈਰ ਕਰਨਾ ਹੈ ਇੱਥੇ ਪਾਂਡਾ ਕਿਹੜੀਏ ਤੇਰੇ ਕੋਲ ਬੀੜੀ? ਅੱਲਾ ਮਾਫੀ ਦੇ ਮੈਨੂੰ। ਬਹੁਤ ਠੰਡੀ ਨਹੀਂ ਆ ਰਹੀ? ਦਾਲ ਖਾਧੀ ਜਿੰਨ ਨੇ? ਇੱਧਰ ਹੋ ਗਏ ਕੀ ਲੱਭਾਈ? ਇੱਧਰ ਆਉਂ। ਉਹ ਕੀ ਹੋਇਆ? ਉਹ ਚਰਸ ਡਿੱਗ ਪਈ ਖਾਨਾ ਤੇ ਉਹ ਲੱਭਾ ਨਹੀਂ ਸਾਡੇ ਕੋਲ। ਉਹ ਚਰਸੀ ਜਿੰਨੀ ਓ ਯਾਰ ਕੁਛ ਨਹੀਂ ਹੁੰਦਾ। ਤੂੰ ਕਿਹੜਾ ਆਪੂ ਤੇਰਾ ਕੁੱਤੇ ਦਾ ਪੁੱਤ ਓਏ ਮਿਠਾਈ ਦੇ ਡੱਬਾ ਕਿੱਧਰ? ਮੇਰੀ ਨਾਲ ਦੀ ਕਬਰ 'ਚ ਮੁੰਡਾ ਹੋਇਆ। ਓਏ ਇੱਧਰ ਆਇਆ। ਓਏ ਆ ਡੱਬਾ ਤੇ ਖਾਲੀ ਆ। ਮੁੰਡਾ ਵੀ ਸ਼ੇਖਾਂ ਦੀ ਕਬਰ 'ਚ ਹੋਇਆ। ਕਿਹੜਾ ਪੂਰੇ ਹੱਡ ਦਾ ਸਿਗਟ ਲਾਇਆ? ਕਿਹੜਾ ਤੇਰਾ ਪਿਓ ਹੈ ਜਿਹੜੇ ਸਿਗਾਰ ਪੀਂਦਾ ਹੈ? ਉਹ ਚੁੱਪ ਕਰਦੇ ਆ ਯਾਰ। ਹਾਈਲੀ ਸਾਡੀ ਕੰਡਾ ਲਈ ਪੀਣਾ ਦੇ। ਆ ਮੈਂ ਮਰ ਗਿਆ। ਬੱਚੇ ਅੱਬਾ ਟਿਕ ਲਈਏ। ਮੈਂ ਕਹਿੰਦਾ ਸਮਾਨ ਸਾਡਾ ਨਹੀਂ ਹੋਤਾ। ਟਿਕ ਲੋ। ਆ ਹਾਏ ਓਏ ਇੱਕ ਮਿੰਟ ਲੈ ਵੀ ਅੱਲਾ ਕਰੇ ਆ ਮੈਨੂੰ ਚੰਬੜ ਜਾ। ਐ ਪਰੀ ਫੜੀ ਜਿੰਨਾਂ ਨੇ। ਤੂੰ ਕੌਣ ਹੈ ਕੁੜੀਏ? ਮੈਂ ਕੋਕਾ ਉੱਤੇ ਆਈ। ਓਏ ਪਰੀ ਆ ਪਰੀ ਪਰੀਏ ਤਿਆਰੀਆਂ। ਹਾਂਜੀ ਹਾਂਜੀ ਆ ਰਹੇ ਨੇ? ਆ ਰਹੇ ਨੇ ਸਾਰੇ ਆ ਰਹੇ ਨੇ। ਕੌਣ ਕੌਣ ਆ ਰਿਹਾ? ਉਹ ਆ ਰਹੀ ਆਪਣਾ ਅਮਿਤਾ ਬੱਚਨ ਆ ਰਿਹਾ। ਅੱਛਾ ਜੀ। ਸ਼ਿਲਪਾ ਸ਼ੈਟੀ ਆ ਰਹੀ ਹੈ। ਅੱਛਾ ਜੀ। ਨਾਨਾ ਪਾਟੇਕਰ ਆ ਰਿਹਾ। ਅੱਛਾ। ਸਲਮਾਨ ਖਾਨ ਆ ਰਿਹਾ। ਵਾਹ ਜੀ ਵਾਹ। ਤੇ ਨਾਨਾ ਪਾਟੇਕਰ ਵੀ ਆ ਰਿਹਾ। ਆ ਰਿਹਾ। ਹਾਂ ਤੇ ਉਹ ਨਹੀਂ ਆ ਰਿਹਾ? ਕੌਣ? ਅਜੀ ਦਿਓ। ਕੌਣ? ਅਜੀ ਦਿਓ। ਓਏ ਅਜੇ ਦੇਵ। ਹਾਂ ਉਹ ਨਹੀਂ ਆਇਆ? ਨਹੀਂ ਉਹ ਭਾਬੀ ਕਾਜਲ ਦਾ ਫੋਨ ਆਇਆ ਸੀ, ਉਹਨੇ ਕਿਹਾ ਅੱਜ ਨਹੀਂ ਆ ਸਕਦਾ। ਵੈਸੇ ਯਾਰ ਅੱਬ ਕਰ ਕੀ ਰਿਹਾ? ਫਿਲਮ ਬਣਾ ਰਿਹਾ? ਫਿਲਮ ਬਣਾ ਰਿਹਾ ਸੀ ਉਹਨਾਂ ਨਾਲ ਮਿਲ ਕੇ। ਪਾਕਿਸਤਾਨੀ ਤੇ ਉਹ ਐਕਟਰ? ਹਾਂ। ਵੈਸੇ ਯਾਰ ਅੱਛੀ ਗੱਲ ਹੈ, ਇਸ ਤਰ੍ਹਾਂ ਸਾਡਾ ਨਾਮ ਵੀ ਅੱਗੇ ਨਿਕਲ ਜਾਏਗਾ। ਅੱਛਾ ਜੀ। ਉਹੀ ਤਾਂ ਪਾਕਿਸਤਾਨ ਨੇ ਫਿਲਮ ਬਣਦੀ ਅਜੀਬ ਹੈ, ਇਹਨਾਂ ਨੂੰ ਫਿਲਮ ਬਣਾਉਣ ਦੀ ਸੈਂਸ ਹੀ ਨਹੀਂ ਹੈਗੀ। ਕਿਉਂ ਜੀ? ਇਹਨਾਂ ਨੇ ਫਿਲਮ ਬਣਾਈ ਸੀ ਸੈਚਰਡੇ ਨਾਈਟ। ਹਾਂ। ਡਾਇਰੈਕਟਰ ਦਾ ਨਾਂ ਸੀ ਰਸ਼ੀਦ ਡੋਗਰ। ਉਹਦੇ ਨਾਂ ਨਾਲ ਮਿਕਸ ਹੀ ਨਹੀਂ ਹੁੰਦਾ। ਆ ਗਏ, ਖੁਸ਼ੀਆਂ ਮਨਾਓ। ਪਹਿਲਾਂ ਤੇ ਬਾਜੀ ਵਜਾ। ਆਸ਼ੀਰਵਾਦ ਦਿਓ ਬੇਟਾ, ਆਸ਼ੀਰਵਾਦ ਦਿਓ। ਮੈਂ ਪ੍ਰਕਾਸ਼ ਕਿਹੜਾ ਬੰਬ ਲਾ ਗਈ? ਤੂੰ ਮੈਨੂੰ ਮਾਫ਼ ਕੀਤਾ? ਤੈਨੂੰ ਮਦੀਨੇ ਜਾਣਾ ਪੈਣਾ ਜੇ ਕਚਰਾ ਬਣਾ। ਮੇਰੇ ਪਿਓ ਨੇ ਨਹੀਂ ਹੋਣਾ। ਮੈਂ ਰਾਹ ਜਾਣਿਆ ਤੇ ਇੱਕ ਬੰਦਾ ਮੈਨੂੰ ਕਹਿੰਦਾ
ਇਹ ਮੁੰਡਾ ਤੇਰਾ ਕੀ ਲੱਗਦਾ? ਮੈਂ ਕਿਹਾ ਮੈਂ ਇਸ ਮੁੰਡੇ ਦਾ ਵੱਡਾ ਮੁੰਡਾ। ਪਾਪਾ ਕਿਆ ਖਤਮ ਹੋ ਗਏ ਸਾਰੇ ਤਰੀਕੇ? ਖੈਰ ਮਾਮਾ ਜਵਾਨ ਹੋਏ ਤੇ ਇੱਕ ਦਿਨ ਵਿਆਹੀ ਹੀ ਬੈਠੀ ਕਿਹੜੀਆਂ ਕੁੱਠੀਆਂ ਮਸਾਲਾ ਬਣਾਈ ਜਾਂਦੇ ਹੋ? ਮੈਂ ਦੁਆ ਨੀ ਕਰਨੀ, ਮੈਂ ਤੁਹਾਡੇ ਨਾਲ ਆ। ਆਪਣਾ ਸਾਰਾ ਬੇਟਾ ਸਵੇਰੇ ਨਾਸ਼ਤਾ ਲੈ ਕੇ ਆਇਆ, ਸ਼ਾਦੀ ਹੋ ਗਈ ਨਾ, ਸ਼ਕੀਲ ਕੋਲ ਵੀਡੀਓ ਬਣਵਾਉਣਾ ਇਹਨਾਂ ਨੇ। ਨਾ ਯਾਰ ਸ਼ਕੀਲ ਕੋ ਨਾ ਬਣਵਾਉਣਾ, ਵਿੱਚ ਤਿੰਨ ਗਾਣੇ ਪਾ ਕੇ ਰਿਲੀਜ਼ ਕਰ ਦੇਗਾ। ਮੈਂ ਕਿਹਾ ਭਾਏ ਨਾ ਅੰਮੀ ਵਿਆਹਤੀ ਹੋਰ ਤੇਰੇ ਮੈਂ ਨਸਾਤੀ ਨਹੀਂ, ਮਾਮਲੇ ਦਾ ਬੋਝ ਜਿੰਨੀ ਛੇਤੀ ਹੋ ਉਤਰ ਜਾਣਾ ਚਾਹੀਦਾ। ਓਏ ਅਸੀਂ ਹੁਣ ਭਰਾ ਵਾਂ। ਥੈਂਕ ਯੂ ਯਾਰ, ਦੁਆ ਕਰ ਪੰਜ ਛੇ ਹੋ ਜੀ ਲਾਣਤ ਤੇਰੀ। ਤੈਨੂੰ ਭਲਾ ਗੁੱਸਾ ਕਿਉਂ ਚੜਦਾ? ਉੱਚੀਆਂ ਲੱਤਾਂ ਵਾਲਾ ਮੱਛਰ। ਤੇ ਮੈਂ ਭਲਾ ਰਿਲੈਕਸ ਕਿਉਂ? ਕਿਉਂ ਅਸੀਂ ਮੁੰਡੇ ਵਾਲੇ ਆ। ਮੈਂ ਵੀ ਮੁੰਡੇ ਵਾਲਾ ਵੀ ਆ। ਆਪਣੀ ਮਾਂ ਦੀ ਸ਼ਾਦੀ ਕਰਦੀ ਏ, ਮਹੱਲੇ ਚੋ ਕੋਈ ਲਾਹਮੇ ਆਉਂਦੇ ਸਨ? ਅਸਲ ਚ ਗੱਲ ਪਤਾ ਕੀ ਹੋਈ ਭਾਇਆ, ਮਜ਼ਾਕ ਕਰੋ ਤੁਸੀਂ ਕੀ ਹਾਲ ਹੈ ਲੋਹੇ ਦੇ ਸਮੋਸੇ? ਚਲੋ ਜੀ ਅੱਗੇ ਨੂੰ ਬੁਲਾਈਏ ਜੀ। ਅਮਿਤਾ ਬੱਚਨ ਦੀ ਸੁਣ ਲਓ, ਕੱਲ ਇਹਨੂੰ ਬੜੀ ਮਾਰ ਪਈ। ਬੇਟੇ ਤੋਂ ਬੜਾ ਔਖਾ ਕੰਮ ਹੈ, ਗਾਲਾਂ ਗੁਲਾਂ ਕੱਢ ਲੈਣਾ ਹੋਰ ਕੰਮ ਹੈ। ਇਹਦੀ ਮਾਂ ਤੇ ਸ਼ਬਾਨਾ ਨੂੰ ਵੀ ਕੱਟ ਗਈ। ਇਹ ਬਾਈ ਬਾਲਟੀ ਲੈ ਕੇ ਕਿੱਥੇ ਗਈ? ਹੋ ਸਕਦਾ ਤੁਹਾਡੇ ਵੱਲ ਗਿਆ ਹੋਵੇ। ਨਮਸਤੇ ਜੀ। ਨਮਸਤੇ, ਹਮ ਆਪਕੋ ਕੁਛ ਨਹੀਂ ਸਮਝਤੇ। ਆਪਕੀ ਬਿਨਤੀ ਦੇਖੇ ਹਮਾਰੇ ਪਾਸ ਨਹੀਂ ਆਈ। ਆਪਕੀ ਬਿਨਤੀ ਹਮਾਰੇ ਪਾਸ ਹੋਤੀ ਹਮ ਫੌਰਨ ਵਾਪਸ ਕਰ ਦੇਤੇ। ਮੈਂ ਪਤਾ ਕਰ ਦੇਤਾ ਹੂੰ, ਆਪਣਾ ਨਵੀਨ ਕੁਮਾਰ ਮੇਰੇ ਦੋਸਤ, ਇਨਕੀ ਬਿਨਤੀ ਤੁਹਾਰੇ ਪਾਸ ਤੋਂ ਨਹੀਂ ਆਈ। ਆਈ ਸੀ, 500 ਲੈ ਕੇ ਨਿਕਲ ਗਈ ਸੀ ਜੀ। ਆ ਚਲੀ ਗਈ ਹੈ ਜੀ। ਬਿਨਤੀ ਦਾ ਮਤਲਬ ਹੈ ਗੁਜ਼ਾਰਿਸ਼, ਰਿਕੁਐਸਟ। ਅੱਛਾ, ਰਿਕੁਐਸਟ ਹੈ ਜੀ, ਉਹ ਸਮਝਦਾਰ ਹੈ। ਸ਼ਿਲਪਾ ਜੀ ਆਪ ਠੀਕ ਹੈ? ਹਾਂ ਜੀ ਮੈਂ ਠੀਕ ਹਾਂ। ਤਬੀਅਤ ਠੀਕ ਆਪਕੀ? ਜੀ ਠੀਕ। ਮੌਸਮ ਕੈਸਾ ਥਾ ਵਹਾਂ ਕਾ? ਮੌਸਮ ਬਹੁਤ ਖੂਬਸੂਰਤ। ਅੱਛਾ, ਸੁਣਿਆ ਦੋਸਤੀ ਕਾ ਮੌਸਮ ਚੱਲ ਰਿਹਾ ਵਹਾਂ ਪਰ? ਥੋੜਾ ਰੋਮਾਂਟਿਕ ਮੌਸਮ। ਮੈਂ ਸ਼ਕਰੇ ਚਲਾ ਜਾਊਂਗਾ। ਉਹ ਪਤਾ ਕੀ? ਕੀ ਜੀ, ਇਹਨੂੰ ਕੋਈ ਬਦਲ ਕਰਨ ਦੇ ਦੋ ਸੌ ਆਪਣੇ ਸ਼ੌਕ ਨੀ ਦੱਸਣੇ। ਕਿਸ ਤਰ੍ਹਾਂ ਮੇਰਾ ਕਿਹੜਾ ਸ਼ੌਕ? ਉਹਨੂੰ ਕਹੋ ਹਿੰਦੀ ਚ ਪਧਾਰੇ।
अच्छा पधारे फिर समझेगी पधारिए वो बड़ा समझदार है बड़ा समझ पधारिए पधारिए थैंक यू थैंक यू पधारिए पधारिए पधारो 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 ओ पधार गई पधार गई पधार गई हां जी आवाज तो आई नहीं नहीं आवाज आई है तेरी आंखें बंद कर ये क्या लॉजिक है मेरे कहने बाबा अंदर पुराने पुरसे धोन डे शरीफ लाए कौन पला कौन बनेगा करोड़पति मिता बचन आ गया हुए हुए अबे छोड़ो यार क्या बदतमीजी करे यार देखो यार क्या बदतमीजी नमस्कार नमस्कार रिश्ते में तो हम तुम्हारे बाप है नाम है शहंशाह मैं ताड़ियों मारने दे रहा था यार बड़ा लकी है भैया इतने प्यो ते प्यो पैंडे है गल करने वाली यार यार भाई देखो शराफत का दौर ही नहीं है भाई साहब असि ਤੁਹਾਡਾ ਇੱਕ ਪ੍ਰੋਗਰਾਮ ਨਹੀਂ ਮਿਸ ਕਰੀਦਾ ਉਹਨੇ ਕੀ ਕਹਤੇ भाई साहब देखो शराफत का दौर ही नहीं है यार क्या हो भाई मैं आला था चार भले इंसान खड़े हुए थे अच्छा मैंने सिर्फ उनसे मीना जी का पता पूछा मीना नाज़ था मीना जी अच्छा वो जो मुझे नौ लखा मुझे नौ लखा मीना जी का पता पूछा एक आदमी ने पिस्तौल निकाल के मेरा पर्स निकाल लिया अच्छा दूसरे ने मेरी रानो घड़ी उतार ली और तीसरे ने मेरी सोने की चेन उतार ली और चौथे आदमी ने मेरी जिंदगी की सबसे कीमती चीज मतलब के मीना जी का रुमाल मुझसे छीन लिया मीना का रुमाल खोलिया हाँ बेचारी रोटियां कादे च रखेगी अरे भाई रोटियों वाला नहीं था उस पे मीना जी का नाम लिखा हुआ था लिखा हुआ डांसिंग डॉल अरे भाई साहब देखो कहाँ वो चार साले हराम के ढक्कन और कहाँ आप कहाँ वो चार साले हराम के ढक्कन और कहाँ आप भाई साहब आपका उनके साथ झगड़ा ना उनको जो मर्जी गाली दे मुझे ना इन्वॉल्व करे प्लीज अरे भाई साहब देखो आप कितने प्यार से बात मैं प्यार से बात कर रहा हूँ ना आपका रुमाल और चेयर वगैरह जो घड़ी है वो सारा चुनो ना छीना ना इसमें मेरा तो कोई पार्ट नहीं है आप उनको गाली दो मुझे ना ढक्कन बोला अरे भाई साहब सिर्फ मैंने आपसे ना झगड़ा हो जाएगा मेरे भी दोस्त बाहर बैठे अरे यार मैंने सिर्फ मीना जी का पता पूछा आपको गलत किया नहीं गलत वो चार साले हराम के ढक्कन और कहा अब छोड़ दे यार बस करते मैं तेरी इज्जत कर दिया यार मैंने कहा क्या भाई साहब आपको मैं तो ये बता रहा हूँ कि कहाँ वो चार साले हराम के टकन 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 हूँ टकन क्या मैं तेरी बोतल से फिट हो जाऊंगा तेरा प्योर टकन होएगा तेरा दादा टकन होएगा तेरी मां टकनी होएगी सारे कंप्यूटर पुठे कर दें तेरे की वेखना कि मैं है तेरी धाम चंग छुट्टी ना मामा मीता बचन का मैं तेरे उठा के एक गल कहनी है क्या बड़ा जिम्मेदारी का काम है भाई मीता बचन साहब पानी इना लगना नहीं सी पानी इना लगना नहीं सी क्यों पापा पुराना रक्षा खोल बैठा वैसे ये इतना पानी अंदर लेके क्यों जा रहे अंदर लेंटर पे आ रहे हैं जी पहले दसो तू किधर है मैं बाबे नु सरिया फड़ा के आऊंगा बगैर तो हया करो कुत्ते दे पुत्रो कल तुहाडे घर भी लेंटर पैने उसे बाले पाओगे भाई साहब ये सब कुछ क्या हो रहा है मैं बुला दूंगा उधर चल बैठो फिर भैया तो तेरे लिए समझ आंडे बगैरता क्यों एडा तो अमिताभ बच्चन दूध पी के मुंह साफ ही नहीं किया मेरे हाथ आ गया ना मैं तेरे ढा के एक गल कहनी है क्या शबाना मेरी मोहब्बत यार भाई साहब यहाँ तो आपके अपने फैसले नहीं हो रहे हमें क्यों बुलाया आपने यार अमिताभ क्या बात है अमिताभ मैं चल मैं चल मैं पुत्र मैं यार अमिताभ बच्चन या इसका क्लास है लो भाई मीतू चाचा मीतू चल मैं तो शिल्पा जी हाँ जी
ਮੈਂ ਸੁਣਿਆ ਤੁਹਾਡੀ ਗੰਗਾ ਬੜੀ ਡੂੰਗੀ ਹੋ ਗਈ। ਤੁਹਾਡੀ ਗੰਗਾ ਡੂੰਗੀ ਹੋ ਗਈ ਹੈ, ਸਾਡਾ ਵੀ ਰਾਵੀ ਚੜਿਆ ਪਿਆ ਜੇ। تیرے ہاتھ میں جو دیا تھا وہ میں نے ہی دیا تھا، میرے ہاتھ میں جو دیا تھا وہ تم نے دیا تھا، تم نے کس سے لیا تھا؟ نہیں میں تو دسن لگا سی، مجھے نہیں پتا پہلی گل سمجھ لے، کھلوتا تو سارے ہیں جو ووٹ تین پینے نے وہ کی یار تشریف لا رہے ہیں، امے کے دلے میں تیل بھی زیادہ ہوتا ہے۔ نیو خان کے چھوٹے بھائی سلمان خان، سلمان خان آ رہے ہیں، میں چلا، میں بڑا فین سلمان کا۔ تھوڑا ستیا ناس تھوڑا میں میری نرجلا کٹھے ہی آ رہے سا، ساڈی ہوگی رستے چ لڑائی، میں کہ یار میری نرجلا نو کچھ نہ کہو تو مینو مار لو، کتے دے پتر شروع ہی ہو گئے۔ سلمان خان پنجابی بولی آن دے یار، میرے سر چ سٹا ہی اینیاں بجے میری اردو والی ناڑ ہی سو گئی۔ سلمان بھیجو، وہ تسی پلے کھانا بھیج دیتا ہی سلمان اے نرجلا، سلمان سلمان کی گل ہے، جیون کا سنگیت ہو، تم زندگی، تم بندگی، تم روشنی، ہر خوشی ہو، تم پریت ہو، من مند ہو، آنکھوں میں تم، یادوں میں تم، سانسوں میں تم، نیندوں میں تم، آنکھوں میں تم، ہو میری ہر بات میں، تم ہو میرے دن رات میں، صبح میں تم، شام میں تم، سوچ میں تم، کام میں تم، جاؤ کہیں دیکھو کہیں، تم ہو بھائی، تم ہو بھائی، کیسے بتاؤ تم میرے لیے کون ہو، کیسے بتاؤ؟ یہ جو تمہارا روپ ہے زندگی کی، تم ہے جنگل سے تراشا بدل، بہتی ہے جس میں ایک اگر، یہ شوخیاں، یہ مستیاں، تجھ کو ہواؤں سے ملی، زلفیں گٹھاؤں سے ملی، ہوٹوں پہ کلیا کلیا کو میں چیزیں ملی، کھل گئے چہرے میں سنتی چاند، آواز میں حیران کی شیشے کے جیسا روپ ہے، ندیوں کی جیسے چال ہے، کیا حسن ہے، کیا حال ہے، کیسے بتاؤں، کیسے بتاؤں تم میرے لیے کون ہو، یہ جس کی رنگینی ہے جیسے ہزار اور کتنی ہیں، یہ باہوں کی بلائیاں، یہ آنچل کی پرچھائیاں، یہ نگلیا خواب کی، کیسے بتاؤں حالت دل بے تاب کی، کسے برا دے گولڈے سے درد ہوئے سر چکرانا ہوئے پر میرے اپنا سودا بیچے سی اپنا بیچے یار، یہ کیا بدتمیزی ہو رہی ہے تارق سلیم صاحب، معاف کر دے اپنا دادا پارٹی کر، نانا یہ مت بھولو، یہ تیرا نانا، نانا یہ مت بھولو کہ تیری رگوں میں میرا ہی خون دوڑ رہا ہے، کبرا کتے کتے بوتلاں دیتی ہیں، او نانے کیا ہے، چلو بے چلو، یار یہ کیا بدتمیزی ہو رہی ہے ہمارے ساتھ، نانا چھ روپے کی پلیٹ ہے اپنا، شلپا جی
ਬੀਬਾ ਜੀ ਹਾਂ ਜੀ ਮੈਂ ਕਿਹਾ ਸੱਤ ਫੇਰੇ ਹੀ ਨਾ ਹੋ ਜਾਣ ਆਪਕੋ ਸਾਥ ਫੇਰੋਗੇ ਮਤਲਬ ਕਾ ਪਤਾ ਹੈ ਨਹੀਂ ਜੀ ਮੈਂ ਤੀਸਰੇ ਤੇ ਡਿੱਗ ਪਈ ਨਾ ਚੁੱਪ ਕਰਕੇ ਬਹਿਣਾ
مبارک ہو بھائی کاڈی بابے نے کیبل بھی لوا لے لیا اپنے اکل کا منہ ملا وے بجا گیس تے لاں اوئے چلو چاچا جی کھچو چاچا جی کھچو او کھچن نہ لے فلمیں بناتی ہیں کارٹون فلموں میں کام کرتے ہیں اپنی مثال آپ ہیں جب کام کرتے ہیں تو باتوں سے خوشبو آتی ہے پھول جھڑتے ہیں ہر بات پہ کلیپ ہر بات پہ کلیپ بہت ساری کلیپیں کھینچنے والا ایک ہی فلم ایک ایسی سنگر کو دعوت دینے لگا ہوں شازیہ منظور کے مقابلے میں آئی ہیں جو گانا گاتی ہے چھا جاتی ہے سب کو کھا جاتی ہیں اور آ جاتی ہیں اور اپنے گھر میں ایسا ایسا کام بھی کرتی ہیں جو کوئی ببر شیر نہیں کر سکتا آپ کی تالیوں کی گونج میں شازیہ منظور کے مقابلے میں جو اللہ نو منظور کنڈل چلو گانا سنا دیو من لے تیری بن گئی جا با دور میں تے ساری زندگی اپنے دل دی منی میں کسی اور نو کدی چھتر تے نہیں لیا کوئی ہور گانا سن گانا خراب تے گانا سنا دے کیڑا او میری مجھ کوئی لے گیا نہ ساتھ کر بیٹھا چوندا ہوے گا اللہ جھوٹ نہ بلائے تے بھائی شکل سے کنجر لگدا وی دیکھو یار مانا ہوئی مسلم شکل دازی جھوٹ نہیں بول رہی سارے بوتل لیا لیا
ਮੀਰਾਂ ਦਾ ਬਦਲਾ ਲੈਣਾ। ਉੜ ਜਾ, ਇਹ ਮੀਰਾ ਦਾ ਵੱਡਾ ਵੀਰਾ, ਉਹ ਵੀ ਆਇਆ। ਨਹੀਂ ਟੀਰਾ ਵੀਰਾ, ਆਪਸ ਹੀ ਨਾ ਕਿ ਆਪਨੇ ਉਸਕੋ ਆ ਕੇ ਕਹਿਣਾ ਕਿ ਵਿਜੇ ਮੈਂ ਮੰਦਿਰ ਕੇ ਪਿੱਛੇ 2 ਘੰਟੇ ਤੇਰਾ ਇੰਤਜ਼ਾਰ ਕਰ ਰਿਹਾ। ਬਸ ਬਸ ਬਸ, ਅਬ ਸਾਰਾ ਮੈਨੂੰ ਪਤਾ, ਛੱਡ ਦੇ। ਵਿਜੇ ਕੌਣ ਹੈ? ਇਹ ਵੈਸੇ ਵਿਜੇ ਕੌਣ ਹੈ? ਤੂੰ ਹੈ ਬਿਲਾ ਵਿਜੇ। ਅੱਛਾ ਜੀ, ਠੀਕ ਹੈ। ਤੂੰ ਆ ਕਹਿਣਾ ਕਿ ਵਿਜੇ ਮੈਂ ਮੰਦਿਰ ਕੇ ਪਿੱਛੇ ਤੇਰਾ ਵੇਟ ਕਰਤੀ ਰਹੀ ਲੇਕਿਨ ਤੂੰ ਨਹੀਂ ਆਇਆ। ਜਾਓ, ਮੈਂ ਤੁਮਸੇ ਨਹੀਂ ਬੋਲਤੀ। ਇਹ ਤੇ ਰਾਤ ਪੜੇਗਾ, ਅੱਖਾਂ ਚੱਕਾ ਪੈਣਗੀਆਂ, ਕੱਟ ਕਰਕੇ ਤੁਸੀਂ ਘੁੰਮ ਕੇ ਜਾਓਗੇ ਬਾਗ ਦੇ ਵਿੱਚ। ਬਾਗ ਦੇ ਵਿੱਚ ਹੋਏਗੀ ਝਾੜੀ, ਝਾੜੀ ਦੇ ਪਿੱਛੇ ਬੈਠੇਗੀ ਸਾਡੀ ਸਿੰਗਰ, ਉੱਥੇ ਗਾਣਾ ਗਾਣਾ ਹੀ ਹੋਣਾ। ਅੱਛਾ ਠੀਕ ਹੈ, ਪਰ ਝਾੜੀ ਹੋਏਗੀ ਤੇ ਮੈਨੂੰ ਆਵਾਂ ਦੇਓਗੀ ਝਾੜੀ ਨਹੀਂ ਤੇ ਮੇਰੇ ਕੋ ਗਾਣਾ ਨਹੀਂ ਗਾਇਆ। ਝਾੜੀ ਹੈ ਵੇ? ਨਹੀਂ, ਇਹ ਕੁਰਸੀ ਹੈ ਵੇ। ਪੂਰਾ ਵਿਖਾ ਕਾਪੀ ਜ਼ਰਾ, ਇਹ ਵੇਖ, ਇਹ ਮੈਂ ਝਾੜੀ ਹੈ ਨਾ। ਲਾਣਤ, ਵਾਹ ਵੇ ਡਾਇਰੈਕਟਰਾ। ਲਓ ਜੀ। ਅੱਛਾ ਜੀ, ਸਟਾਰ ਸਾਊਂਡ ਤੇਰਾ ਮੂਡ ਲੈ, ਠੀਕ ਹੈ ਵੀ? ਅੱਛਾ ਜੀ, ਝਾੜੀ ਕੋ ਜਾਣਾ ਜਨ, ਤੁਹਾਡੀ ਜ਼ਰਾ ਕੁੜੀ ਦਾ ਸੀਨ ਹੋ ਲਗਾ, ਸਾਰੇ ਨੀਵੀਆਂ ਪਾ ਲਗਾ। ਆ ਭਾਈ ਜਾਨ, ਇਹ ਝਾੜੀ ਕੋ ਲੱਗ ਜਾਣਾ ਨਾ ਕੋਲ ਜੀ, ਅਗਲਾ ਸੀਨ ਕੀ ਹੈ? ਹੋਰ ਸਾਰਾ ਤੁਹਾਨੂੰ ਖਿੱਚ ਕੇ ਕੱਢ ਰਹੇ ਹੋਣਗੇ। ਚਲੋ ਜੀ, ਆ ਮੰਡੀ ਦਾ ਕੈਮਰਾਮੈਨ ਜੀ, ਸਟਾਰ ਸਾਊਂਡ ਕੈਮਰਾ, ਐਕਸ਼ਨ ਜ਼ਰਾ ਮੂਡ ਕੇ ਸਾਥ। ਵਿਜੇ, ਤੁਮਨੇ ਮੁਝੇ ਮੰਦਿਰ ਕਾ ਟਾਈਮ ਦਿਆ ਤੋ ਤੁਮ ਵਾਪੇ ਕਿਉਂ ਨਹੀਂ ਆਏ? ਮੈਂ ਭਗਵਾਨ ਨਾਲ ਜੂਆ ਖੇਡਣ ਲੱਗ ਪਿਆ। ਚੱਲ ਰੇਸ਼ਮਾ।